ਆ ਦੋਸਤੋ, ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਦੇ ਨਵੇਂ ਵਿਸ਼ਿਆਂ ਦੇ ਉੱਤੇ ਗਹਿ ਗੰਭੀਰ ਚਰਚਾ ਜਿਹੜੀ ਹੈ ਉਹ ਆਪਣੇ ਦਰਸ਼ਕਾਂ ਦੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਕਰਨਾ ਲੋਚਦੇ ਹਾਂ। ਵਿਸ਼ੇ ਬਹੁਤ ਨੇ, ਜਿਵੇਂ ਪਰਸੋਂ ਅਸੀਂ ਅੰਤਰਰਾਸ਼ਟਰੀ ਇੱਕ ਵੱਡੇ ਵਿਵਾਦ ਦੇ ਵਿਸ਼ੇ ਦੇ ਉੱਤੇ ਚਰਚਾ ਕੀਤੀ, ਕੱਲ੍ਹ ਅਸੀਂ ਬਾਕਾਇਦਾ ਤੌਰ ਦੇ ਉੱਤੇ ਹਿੰਦੁਸਤਾਨ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਜਿਸ ਢੰਗ ਦੇ ਨਾਲ ਏਡੇ ਵੱਡੇ ਪੱਧਰ ਦੇ ਉੱਤੇ ਸਾਰਾ ਕੁਝ ਫੈਲਿਆ ਉਸ ਗੱਲ ਦੇ ਉੱਤੇ ਚਰਚਾ ਕੀਤੀ, ਔਰ ਅੱਜ ਜਿਸ ਵਿਸ਼ੇ ਦੇ ਉੱਤੇ ਚਰਚਾ ਕਰ ਰਹੇ ਹਾਂ ਉਹ ਫਿਕਰਮੰਦੀ ਦੇ ਉੱਤੇ, ਇੱਕ ਪੰਜਾਬ ਦੀ ਫਿਕਰਮੰਦੀ ਦੇ ਉੱਤੇ ਚਰਚਾ ਕਰ ਰਹੇ ਹਾਂ। ਅੱਜ ਅਸੀਂ ਬਾਕਾਇਦਾ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਚਰਚਾ ਕਰ ਰਹੇ ਹਾਂ, ਔਰ ਮੈਂ ਗੁਜ਼ਾਰਿਸ਼ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਢਾਂਚੇ ਦੇ ਉੱਤੇ ਕਾਬਜ਼ ਲੋਕਾਂ ਦੇ ਪੱਖੀ ਅਤੇ ਵਿਰੋਧੀ ਦੋਨੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਨੇ। ਕਦੇ ਇਹ ਨਾ ਸਮਝਣਾ ਕਿ ਅਸੀਂ ਇੱਕ ਪੱਖ ਦੇ ਵਿਰੋਧੀ ਹਾਂ, ਇੱਕ ਪੱਖ ਦੇ ਪੱਖੀ ਹਾਂ। ਅਸੀਂ ਜਿਹੜੀ ਵੀ ਗੱਲ ਕਰਨੀ ਹੈ ਉਹ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਦੇ ਹਤੈਸ਼ ਦੀ ਗੱਲ ਕਰਨੀ ਹੈ, ਕਿਉਂਕਿ ਮਸਲਾ ਇਸ ਗੱਲ ਦਾ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਪੰਜਾਬ ਦਾ ਹਤੈਸ਼ੀ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਆਜ਼ਾਦੀ ਤੋਂ ਬਾਅਦ ਅਣਵੰਡੇ ਪੰਜਾਬ ਦੀ ਗੱਲ ਕਰ ਲਈਏ ਜਾਂ ਲੀਰੋ ਲੀਰ ਹੋਏ ਪੰਜਾਬ ਦੀ ਗੱਲ ਕਰ ਲਈਏ, ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਸਿਰਫ ਅਤੇ ਸਿਰਫ ਸੱਤਾ ਦੇ ਉੱਤੇ ਕਾਬਜ਼ ਹੋਣ ਵਾਸਤੇ, ਪੰਜਾਬ ਦੇ ਟੁਕੜੇ ਕਰਨ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰ ਹੈ, ਜਾਂ ਉਸ ਪੰਜਾਬ ਦੀ ਗੱਲ ਕਰ ਲਈਏ ਜਦੋਂ ਜਦੋਂ ਵੀ ਉਸ ਪੰਜਾਬ ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਬਣੀਆਂ, ਮੈਂ ਸਮਝਾਂਗਾ ਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ, ਮੈਂ ਸਮਝਾਂਗਾ ਕਿ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਤੋਂ ਲੈ ਕੇ, ਜਿਹਨੇ ਸਭ ਤੋਂ ਪਹਿਲਾਂ ਮੁੱਖ ਮੰਤਰੀਸ਼ਿਪ ਵਾਸਤੇ ਪ੍ਰਤਾਪ ਸਿੰਘ ਕੈਰੋ ਨੇ ਪੰਜਾਬ ਦਾ ਪਾਣੀ ਜਿਹੜਾ ਸੀ ਉਹ ਰਾਜਸਥਾਨ ਵਾਲੇ ਫੀਡਰ ਨੂੰ ਤੋਰਿਆ, ਸੌਦਾ ਕੀਤਾ ਪੰਜਾਬ ਦਾ ਪ੍ਰਤਾਪ ਸਿੰਘ ਕੈਰੋ ਨੇ, ਔਰ ਕਾਂਗਰਸੀ ਮੁੱਖ ਮੰਤਰੀ ਜਿਹੜੇ ਨੇ ਉਹ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ ਔਰ ਉਹਨਾਂ ਦੀਆਂ ਹਮੇਸ਼ਾ ਹੀ ਕੱਠ ਪੁਤਲੀਆਂ ਰਹੀਆਂ ਨੇ, ਔਰ ਕੱਠ ਪੁਤਲੀਆਂ ਨੂੰ ਡੋਰਾਂ ਦੇ ਨਾਲ ਜਿਵੇਂ ਕੋਈ ਨਚਾਉਂਦਾ ਹੈ ਉਵੇਂ ਹੀ ਕੋਈ ਨੱਚਦਾ ਹੈ। ਅਤੇ ਲੋਕਾਂ ਕੋਲ ਇੱਕੋ ਇੱਕ ਉਮੀਦ ਸੀ, ਮਾਰੇ ਕੁੱਟੇ ਮਾੜੇ ਚੰਗੇ ਸਾਡੇ ਕੌਣ ਨੇ, ਅਕਾਲੀ। ਅਤੇ ਅਤੀਤ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨਾਂ ਦਾ ਇੱਕ ਸਿਲਸਿਲਾ ਬਾਕਾਇਦਾ ਤੌਰ ਦੇ ਉੱਤੇ ਰਿਹਾ, ਚਾਹੇ ਉਹ ਜਥੇਦਾਰ ਜਗਦੀਪ ਸਿੰਘ ਤਲਵੰਡੀ ਹੋਣ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬਾ ਸਮਾਂ ਰਹੇ ਪ੍ਰਧਾਨ ਜਥੇਦਾਰ ਟੌੜਾ ਹੋਣ, ਬਾਦਲ ਸਾਹਿਬ ਦੀ ਖਾਮੋਸ਼ੀ ਅਤੇ ਇਹਨਾਂ ਦੀ ਰਾਜਨੀਤੀ ਨੂੰ ਸਮਝ ਭਾਵੇਂ ਕੋਈ ਨਹੀਂ ਸਕਿਆ, ਪਰ ਉਹ ਇਹਨਾਂ ਲੋਕਾਂ ਕੋਲੋਂ ਖੌਫ ਖਾਂਦੇ ਸਨ। ਜਦੋਂ ਇਹ ਲੋਕ ਸਨ, ਬਾਦਲ ਸਾਹਿਬ ਇਹਨਾਂ ਕੋਲੋਂ ਖੌਫ ਖਾਂਦੇ ਸਨ, ਅਤੇ ਲੋਕ ਧਰਮੀ ਤੌਰ ਦੇ ਉੱਤੇ ਇਹ ਸਮਝਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਸਾਡੀ ਜਮਾਤ ਹੈ, ਉਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ, ਉਹ ਪੰਜਾਬ ਦੀ ਰਾਜਨੀਤਿਕ ਪਾਰਟੀ ਹੈ। ਜੇ ਪੰਜਾਬੀਆਂ ਦੇ ਨਾਲ ਕੋਈ ਵੀ ਧੱਕਾ ਹੋਏਗਾ ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਆ ਕੇ ਖੜੇਗਾ। ਔਰ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਰਹੀਆਂ ਕਿ ਜਦੋਂ ਬੇਅੰਤ ਸਿੰਘ ਦੀ ਸਰਕਾਰ ਤੋਂ ਬਾਅਦ ਲੰਬੇ ਸਮੇਂ ਬਾਅਦ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸੁਪਨੇ ਦੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣ ਕੇ ਭੇਜਿਆ, ਤਾਂ ਉਦੋਂ ਤੱਕ ਪਾਰਟੀ ਦੀ ਲੀਹ ਵੀ ਔਰ ਪਾਰਟੀ ਦੀ ਲੀਡਰਸ਼ਿਪ ਦੀ ਲੀਹ ਵੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨੀਅਤ ਵੀ ਕਿਸੇ ਹੱਦ ਤੱਕ ਠੀਕ ਜਿਹੜੀ ਹੈ ਉਹ ਰਹੀ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭ੍ਰਿਸ਼ਟਾਚਾਰ ਦਾ ਬੋਲਬਾਲਾ ਜਿਹੜਾ ਹੈ, ਪਰਮਾਤਮਾ ਉਹਨਾਂ ਨੂੰ ਸਵਰਗਾਂ ਦੇ ਵਿੱਚ ਸ਼ਾਂਤੀ ਦੇਵੇ, ਬੀਬੀ ਸੁਰਿੰਦਰ ਕੌਰ ਬਾਦਲ ਹੋਰਾਂ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋਇਆ। ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਕਿਉਂਕਿ ਇਹ ਗੱਲ ਆਮ ਰੌਲਾ ਰੱਪਾ ਸੀ, ਪਰ ਬਾਦਲ ਸਾਹਿਬ ਉਸ ਵੇਲੇ ਵੀ ਪਾਰਟੀ ਵਰਕਰਾਂ ਅਤੇ ਪਾਰਟੀ ਆਗੂਆਂ ਦੀ ਗੱਲ ਮੰਨਦੇ ਸਨ, ਪਰ ਉਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਪਿਛਲੀ ਸਰਕਾਰ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਆਵਾਜ਼ਾਰੀ ਜਿਹੜੀ ਹੈ ਉਹ ਏਡੇ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲੀ ਕਿ ਮੈਂ ਇਹ ਗੱਲ ਨਹੀਂ ਕਹਾਂਗਾ ਕਿ ਇੱਕ ਪਾਰਟੀ ਦੇ ਪ੍ਰਧਾਨ ਦੀ ਆਵਾਜ਼ਾਰੀ ਹੈ,
मैं ये गल नहीं कहांगा कि पार्टी नूं मॉडर्न तरीकों के उत्ते तोरन वास्ते श्रोमणी गुरुद्वारा प्रबंधक कमेटी तो लैके हर एक सिस्टम तक एक वड्डे भ्रिष्टाचार दा बोलवाला गुंडागर्दी गैंगस्टरी तो लैके रेत माफिया और ड्रग माफिया तक दे वड्डे पद्धर दे उत्ते सरगणे और एक वक्री तरह की राजनीति का करैक्टर जिहड़े नवे अकाली लैके आए जां बकायदा तौर दे उत्ते जिहड़े ज़्यादा भंड कानफ्रेंसा करदे ने जिन्हां दे विच डॉक्टर दलजीत सिंह चीमा भी हो गया जां चरणजीत सिंह बराड़ होरां दे उत्ते उंगली कीती जा सकदी अज दी तरीक दे विच जां मैं इह गल कहांगा कि दिल्ली तो आ के मनजिंदर सिंह सिरसा दी दखल अंदाजी ने टकसाली अकाली आगू जिस वेले सरदार प्रकाश सिंह बादल दे कोल मैं समझांगा कि घोड़े रेड़े दे उत्ते चाढ़न जोगे अकाली नहीं सी हुंदे जिहड़े लोग उस वेले पार्टी दे विच चाहे वो रणजीत सिंह ब्रह्मपुरा होण चाहे वह सेखवा परिवार होवे चाहे वो सब तो वड्डे पद्धर दे उत्ते सरदार सुखदेव सिंह ढींडसा दा सिदक होवे प्रकाश सिंह बादल होड़ा नाल लिबण दा मैं समझांगा कि ਇਹ ਆਵਾਜ਼ਾਰੀ ਸਰਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇੱਕ ਬੜੇ ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਸੰਕਟ ਵੱਲ ਇਸ਼ਾਰਾ ਕਰਦੀ ਹੈ ਕਿ ਕੀ ਬਣੇਗਾ ਲੋਕਾਂ ਦੀ ਖਾਸ ਤੌਰ ਦੇ ਉੱਤੇ ਪੰਜਾਬੀਆਂ ਦੀ ਮਾਂ ਪਾਰਟੀ ਦਾ ਪੰਜਾਬੀਆਂ ਨੇ ਆਪ ਵਿੱਚ ਸੁਪਨਾ ਦੇਖਿਆ ਸੀ ਔਰ ਦਿੱਲੀ ਵਾਲੇ ਪੰਜਾਬੀਆਂ ਨੂੰ ਵੇਚ ਗਏ ਵਿਦੇਸ਼ਾਂ 'ਚ ਬੈਠਿਆਂ ਨੂੰ ਵੀ ਆਪ ਦੇ ਨਾਂ ਦੇ ਉੱਤੇ ਇੱਕ ਨਾ ਇੱਕ ਦਿਨ ਤਾਂ ਹੋਣਾ ਸੀ ਪਰ ਸਵਾਲ ਕਿਹੜੇ ਖੜ੍ਹੇ ਹੁੰਦੇ ਨੇ ਸਵਾਲ ਇਹ ਖੜ੍ਹੇ ਹੁੰਦੇ ਨੇ ਕਿ ਕੀ ਪਾਰਟੀ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਟਿਕਟ ਵੰਡ ਤੋਂ ਲੈ ਕੇ ਮੈਂ ਸਮਝਾਂਗਾ ਕਿ ਮਾਤਾ ਖੀਵੀ ਦੇ ਨਾਂ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਲੰਗਰ ਲੱਗਦਾ ਰਿਹਾ ਅਕਾਲੀ ਦਲ ਦੇ ਵਿਧਾਇਕ ਅਤੇ ਸਰਕਲ ਇੰਚਾਰਜ ਰੋਂਦੇ ਰਹੇ ਸੱਤਾ ਵੇਲੇ ਕਿ ਭਾਈ ਸਾਨੂੰ ਹੁਕਮ ਲਾ ਦਿੱਤਾ ਜਾਂਦਾ ਵੀ ਇੱਕ ਟਰੱਕ ਰਾਸ਼ਨ ਦਾ ਜਿਹੜਾ ਉਹ ਤੁਸੀਂ ਲੈ ਕੇ ਆਉਣਾ ਜਿਵੇਂ ਮਰਜ਼ੀ ਇਕੱਠਾ ਕਰਕੇ ਲੈ ਕੇ ਆਓ ਅਤੇ ਲੰਗਰ ਜਿਹੜਾ ਉਹ ਮਾਤਾ ਖੀਵੀ ਅਵਾਰਡ ਵਾਲਿਆਂ ਨੇ ਨਾਂ ਦੇ ਉੱਤੇ ਜਿਸ ਤਰ੍ਹਾਂ ਲੰਗਰ ਚਲਾ ਰਹੇ ਹਾਂ ਮੀਡੀਆ ਦੇ ਵਿੱਚ ਔਰ ਮੀਡੀਆ ਦੀ ਏਡੀ ਵੱਡੀ ਬੇਸ਼ਰਮੀ ਰਹੀ ਹੈ ਕਿ ਇਹਨਾਂ ਹਕੀਕਤਾਂ ਨੂੰ ਕਦੇ ਵੀ ਉਹਨਾਂ ਨੇ ਸਾਹਮਣੇ ਨਹੀਂ ਲੈ ਕੇ ਆਉਂਦਾ ਜੇ ਪਾਰਟੀ ਦੀ ਗੱਲ ਹੈ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਨੇ ਉਹ ਕਹਿਣ ਚਲੋ ਜੀ ਲੋਕਤਾਂਤਰਿਕ ਢੰਗ ਦੇ ਨਾਲ ਕਿਹੜਾ ਸਭ ਤੋਂ ਸੀਨੀਅਰ ਅਕਾਲੀ ਆ ਉਹਨੂੰ ਪਾਰਟੀ ਦਾ ਪ੍ਰਧਾਨ ਬਣਾਉਂਦੇ ਹਾਂ ਪਰ ਉਹ ਨਹੀਂ ਕਹਿੰਦੇ ਉਹਦਾ ਕਾਰਨ ਕੀ ਲੁਕਿਆ ਹੋਇਆ ਹੈ ਕਿ ਉਹਦਾ ਕਾਰਨ ਸਿਰਫ ਅਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਦੇ ਉੱਤੇ ਕੁੰਡੀ ਹੈ ਬੜੇ ਵੱਡੇ ਸਵਾਲ ਨੇ ਬੜੇ ਵੱਡੇ ਸਵਾਲ ਨੇ ਮੇਰੇ ਸਵਾਲ ਨੇ ਵੀ ਕੀ ਉਹ ਖਜ਼ਾਨੇ ਦੇ ਉੱਤੇ ਕੁੰਡੀ ਹੈ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਬਾਦਲ ਪਰਿਵਾਰ ਜਾਂਦਾ ਹੈ ਤਾਂ ਉਸ ਵੇਲੇ ਪਿਆਦਾਗਿਰੀ ਏਡੇ ਵੱਡੇ ਪੱਧਰ ਦੇ ਉੱਤੇ ਹੁੰਦੀ ਹੈ ਜਿਵੇਂ ਉਹ ਆਪਣੇ ਕਿਸੇ ਨਿੱਜੀ ਫੈਕਟਰੀ ਦੇ ਵਿੱਚ ਆਏ ਹੋਣ ਅਤੇ ਇੰਪਲੋਈ ਜਿਹੜੇ ਨੇ ਉਹਨਾਂ ਦੇ ਉਹ ਇਸ ਢੰਗ ਦੇ ਨਾਲ ਜੀ ਹਜ਼ੂਰੀ ਕਰ ਰਹੇ ਹੋਣ ਅਤੇ ਇਹ ਸਾਰਾ ਏਡਾ ਵੱਡਾ ਕਲਚਰ ਜਿਹੜਾ ਇੱਕ ਪਾਰਟੀ ਪ੍ਰਧਾਨ ਜਥੇਦਾਰ ਲਿਫਾਫਿਆਂ ਦੇ ਵਿੱਚੋਂ ਨਿਕਲਣੇ ਜਿਹਦਾ ਜੀ ਕੀਤਾ ਕੋਈ ਜਥੇਦਾਰ ਲਾਇਆ ਹੋਇਆ ਅਵਤਾਰ ਸਿੰਘ ਹਿੱਤ ਵਰਗਾ ਬੌਂਗਾ ਆਦਮੀ ਸਟੇਜ ਦੇ ਉੱਤੇ ਗਾਲ ਕੱਢ ਦਿੰਦਾ ਅਤੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਜਥੇਦਾਰ ਨਾਲ ਗੱਲ ਹੋ ਗਈ ਦੇਖੋ ਕਿੱਡੀ ਵੱਡੀ ਗੱਲ ਹੈ ਪਿਛਲੇ ਦਿਨਾਂ ਦੀ ਗੱਲ ਹੈ ਅਵਤਾਰ ਸਿੰਘ ਹਿੱਤ ਗੰਦੀ ਗਾਲ ਕੱਢਦਾ ਸਟੇਜ ਤੋਂ ਜਥੇਦਾਰ ਹੋ ਕੇ ਅਤੇ ਉਹਨੂੰ ਪ੍ਰੈਸ ਵਾਲੇ ਫੋਨ ਕਰਦੇ ਨੇ ਉਹਦਾ ਪੀ ਏ ਕਹਿੰਦਾ ਜਥੇਦਾਰ ਨਾਲ ਗੱਲ ਹੋ ਗਈ ਹੈ ਕਹਿੰਦੇ ਕੋਈ ਗੱਲ ਨਹੀਂ ਜੀ ਲੱਗ ਜਾਏਗੀ ਉਹਨਾਂ ਨੂੰ ਸਜ਼ਾ ਪਾਠ ਸੁਣਨ ਦੀ ਅੱਜ ਸਾਡੇ ਧਰਮ ਦੇ ਵਿੱਚ ਪਾਠ ਸੁਣਨ ਨੂੰ ਸਜ਼ਾ ਦੇ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਹੈ ਲੱਗ ਜਾਏਗੀ $5100 ਦੀ ਦੇਗ ਕਰਾ ਦਿਓ ਅਕਾਲ ਤਖਤ ਸਾਹਿਬ ਦੇ ਉੱਤੇ ਮਤਲਬ ਇਹ ਕੱਠਪੁਤਲੀਆਂ ਵਾਲਾ ਚਾਰਾ ਜਿਹੜਾ ਅੱਜ ਇਸ ਦਿਸ਼ਾ ਵੱਲ ਲਿਜਾ ਰਿਹਾ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਮਾਯੂਸੀ ਅਤੇ ਸੁਖਬੀਰ ਸਿੰਘ ਬਾਦਲ ਦੇ ਚਿਹਰੇ ਦੇ ਉੱਤੇ ਪ੍ਰਸ਼ਨ ਚਿੰਨ੍ਹ ਕੇ ਸੰਗਰੂਰ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਬਾਹਰ ਕੱਢਣ ਵਾਸਤੇ ਸਰਦਾਰ ਸਿਕੰਦਰ ਸਿੰਘ ਮਲੂਕੇ ਦੀ ਅਗਵਾਈ ਦੇ ਵਿੱਚ ਪਾਰਟੀ ਦੀ ਮੀਟਿੰਗ ਹੁੰਦੀ ਹੈ ਅਤੇ ਇਕੱਠ ਹੁੰਦਾ 26 ਬੰਦਿਆਂ ਦਾ ਔਰ ਮੀਟਿੰਗ ਕਿਹਦੀ ਕਿਹਦੀ ਹੈ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੀ ਦੋ ਜ਼ਿਲ੍ਹਿਆਂ ਦੀ ਮੀਟਿੰਗ ਦੇ ਵਿੱਚ 26 ਬੰਦਿਆਂ ਦੀਆਂ ਫੋਟੋ ਅਤੇ ਇੱਕ ਕਾਗਜ਼ ਦਿਖਾ ਰਹੇ ਨੇ ਜੀ ਇਹ ਮਤਾ ਪਾਸ ਕੀਤਾ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਬਾਹਰ ਕੱਢੇ ਤੁਸੀਂ ਯਾਰ ਕੀ ਕੱਢਣਾ ਪਾਰਟੀ ਦੇ ਵਿੱਚੋਂ ਬਾਹਰ ਤੁਸੀਂ ਪਾਰਟੀ ਦੇ ਵਿੱਚੋਂ ਆਪ ਬਾਹਰ ਜਾਣ ਵਾਸਤੇ ਤਿਆਰ ਹੋ
ਪਾਰਟੀ ਫੈਸਲਾ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਪਾਰਟੀ ਲੀਰੋ ਲੀਰ ਹੋ ਜਾਂਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪਾਰਟੀ ਦੇ ਅੰਦਰ ਲੜਾਈ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਟਿਕਟ ਵੰਡ ਤੋਂ ਲੈ ਕੇ SGPC ਦੇ ਪੈਸੇ ਦੇ ਭ੍ਰਿਸ਼ਟਾਚਾਰ ਦੀ ਹੈ, ਜਾਂ ਇਹ ਪਾਰਟੀ ਦੇ ਵਰਕਰ ਫੈਸਲਾ ਕਰ ਰਹੇ ਨੇ, ਪਾਰਟੀ ਦੇ ਵਰਕਰ ਸੋਚ ਰਹੇ ਨੇ, ਆਮ ਲੋਕ ਸੋਚ ਰਹੇ ਨੇ। ਅਕਾਲੀ ਦਲ ਦੇ ਉੱਤੇ ਜਦੋਂ ਦਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਿਆ, ਡਿਕਟੇਟਰਸ਼ਿਪ ਦੇ ਡੰਡੇ ਦੀ ਹੈ, ਇਹ ਡਿਕਟੇਟਰਸ਼ਿਪ ਦੇ ਡੰਡੇ ਦੀ ਹੈ। ਮੈਂ ਇਹ ਸਮਝਾਂਗਾ ਕਿ ਅੱਜ ਜਿਹੜੇ ਬੰਦੇ ਆਪਣੇ ਨਾਲ ਇਹ ਸਮਝ ਰਹੇ ਨੇ, ਮੈਨੂੰ ਇਸ ਗੱਲ ਦਾ ਪਤਾ ਕਿ ਜਦੋਂ ਮੋਗਾ ਦੀ ਜਿਮਨੀ ਚੋਣ ਹੋਈ ਹੈ ਜੋਗਿੰਦਰ ਜੈਨ ਵਾਲੀ, ਉਸ ਵੇਲੇ ਤੋਤਾ ਸਿੰਘ ਦਾ ਕੀ ਹਸ਼ਰ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੂਰੇ ਇਲੈਕਸ਼ਨ ਦੇ ਦਿਨ ਮੋਗੇ ਦੇ ਵਿੱਚ ਤੋਤਾ ਸਿੰਘ ਦੇ ਘਰੋਂ ਬਾਹਰ ਨਹੀਂ ਨਿਕਲਿਆ ਵੀ ਇਹ ਕਿਤੇ ਜਾਵੇ ਨਾ। ਇਹ ਰੁੱਸਿਆ ਹੋਇਆ ਹੈ, ਇਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਿੰਨਾ ਕੁ ਚੰਗਾ ਸਮਝਦਾ ਹੈ। ਇਹ ਇਕੱਲਾ ਸੁਖਦੇਵ ਸਿੰਘ ਢੀਂਡਸਾ ਨਹੀਂ, ਇਹ ਹੋਰ ਵੀ। ਪਰ ਮਸਲਾ ਇਸ ਗੱਲ ਦਾ ਕਿ ਜਿਹੜਾ ਇਹ ਨੌਜਵਾਨ ਵਰਗ ਇੰਨੇ ਚਿਰ ਦਾ ਡੱਕਿਆ ਹੋਇਆ ਸੀ, ਪਰਮਿੰਦਰ ਸਿੰਘ ਢੀਂਡਸਾ 2 ਵਾਰੀ PWD ਮਿਨਿਸਟਰ ਰਹੇ, ਪੰਜਾਬ ਦੇ ਫਾਈਨਾਂਸ ਮਿਨਿਸਟਰ ਰਹੇ, ਔਰ ਐਡੇ ਵੱਡੇ ਪੱਧਰ ਦੇ ਉੱਤੇ ਉਹ ਕਿਹੜੀਆਂ ਖਾਮੀਆਂ ਅਤੇ ਖੁਨਾਮੀਆਂ ਨੇ। ਅੱਜ ਪਾਰਟੀ ਦੀ ਵਾਗਡੋਰ, ਪਾਰਟੀ ਪ੍ਰਧਾਨ ਦਾ ਆਪਣਾ ਦਿਮਾਗ ਕੰਮ ਹੀ ਨਹੀਂ ਕਰ ਰਿਹਾ ਵੀ ਉਹਨੇ ਸਟੇਟਮੈਂਟ ਕੀ ਦੇਣੀ ਹੈ। ਉੱਧਰਲੇ ਪਾਸਿਓ ਦਲਜੀਤ ਸਿੰਘ ਚੀਮਾ ਆਉਂਦਾ, ਉਹਦੀ ਸਟੇਟਮੈਂਟ ਅਤੇ ਉਹਦੇ ਭਾਸ਼ਣ ਦੇ ਵਿੱਚ ਦੇਖ ਲਓ ਕਿਹੜਾ ਰਸ ਹੁੰਦਾ, ਉਹਦੀ ਸ਼ੈਲੀ ਅਤੇ ਉਹਦੀ ਰਾਜਨੀਤਿਕ ਭਾਸ਼ਾ ਜਿਹੜੀ ਹੈ ਉਹ ਇਹ ਵੀ ਡਿਫਾਈਨ ਨਹੀਂ ਕਰਦੀ ਕਿ ਉਹ RMP ਡਾਕਟਰ ਹੈ ਜਾਂ ਉਹ MBBS ਡਾਕਟਰ ਹੈ। ਇਹ ਸੱਚਾਈ ਹੈ, ਇਹ ਹਕੀਕਤ ਹੈ। ਸਰਚਰਨਜੀਤ ਸਿੰਘ ਬਰਾੜ ਦਾ ਪਿਛੋਕੜ ਦੇਖ ਲਓ, ਸਿਰਸਾ ਸਾਹਿਬ ਦੀ ਬੋਲਬਾਣੀ ਵੇਖ ਲਓ। ਮਤਲਬ ਅੱਜ ਪਾਰਟੀ ਦੇ ਆਗੂ ਜੇ ਨਾ ਗੱਲ ਕਰੀਏ ਹੇਠਲੇ ਪੱਧਰ ਤੋਂ ਵੱਡੇ ਪੱਧਰ ਦੇ ਉੱਤੇ, ਉਹ ਇਹ ਕਿਉਂ ਕਹਿੰਦੇ ਨੇ ਕਿ ਪਾਰਟੀ ਦਾ ਬੇੜਾ ਦਲਜੀਤ ਸਿੰਘ ਚੀਮਾ, ਬਰਾੜ ਸਾਹਿਬ ਅਤੇ ਸਿਰਸਾ ਸਾਹਿਬ ਨੇ ਗਰਕ ਕੀਤਾ ਹੋਇਆ, ਇਹਨਾਂ ਤਿੰਨਾਂ ਦੇ ਨਾਂ ਦੇ ਉੱਤੇ ਪਾਰਟੀ ਦੇ ਅੰਦਰ ਕਿਉਂ ਐਲੀਗੇਸ਼ਨ ਲੱਗਦਾ, ਇਹਨਾਂ ਦੀ ਦਖਲ ਅੰਦਾਜ਼ੀ ਪਾਰਟੀ ਦੇ ਅੰਦਰ ਕਿਉਂ ਹੈ? ਜੇ ਪਾਰਟੀ ਦੀ ਕੋਰ ਕਮੇਟੀ ਹੈ ਅਤੇ ਇੰਡੀਵਿਜੁਅਲ ਤੌਰ ਦੇ ਉੱਤੇ ਵਿਅਕਤੀਗਤ ਦਖਲ ਅੰਦਾਜ਼ੀ ਜਿਹੜੀ ਹੈ ਉਹ ਕਿਉਂ ਹੈ? ਚਾਪਲੂਸਾਂ ਦੀ ਟੀਮ, ਚਾਪਲੂਸਾਂ ਦੀ ਏਡੀ ਭੀੜ ਪਾਰਟੀ ਨੂੰ ਕਿਸ ਕਦਰ ਕਿਸ ਪੱਤਣ ਲੈ ਕੇ ਜਾਏਗੀ? ਅੱਜ ਕਰਾਂਗੇ ਗੱਲ ਅਸੀਂ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਔਰ ਅਕਾਲੀ ਦਲ ਨੂੰ ਅਲਵਿਦਾ ਨਹੀਂ, ਅਕਾਲੀ ਦਲ ਦੇ ਨਾਲ ਬਕਾਇਦਾ ਤੌਰ 'ਤੇ ਮੂਹਰੇ ਆਹਮੋ ਸਾਹਮਣੇ ਖੜ੍ਹੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨਾਲ ਪ੍ਰੋਗਰਾਮ ਰਹੇਗਾ ਜਾਰੀ। ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਦੋਸਤੋ, ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਗੱਲ ਚੱਲ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਆਮ ਲੋਕਾਂ ਦੀ ਪਾਰਟੀ ਸੀ, ਜਦੋਂ ਇੱਕ ਵੱਡੇ ਪੱਧਰ ਦੇ ਉੱਤੇ ਪਰਿਵਾਰ ਅਤੇ ਰਜਵਾੜਾਸ਼ਾਹੀ ਦਾ ਕਬਜ਼ਾ ਹੋਇਆ ਅਤੇ ਪੰਜਾਬ ਦੇ ਲੋਕ ਵੀ ਆਪਣੇ ਆਪ ਨੂੰ ਲਵਾਰਸ ਸਮਝਣ ਲੱਗ ਪਏ, ਕਿਉਂਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਕਦੇ ਵੀ ਆਪਣੀ ਪਾਰਟੀ ਜਿਹੜੀ ਹੈ ਉਹ ਨਹੀਂ ਸਮਝਿਆ। ਕੀ ਕਾਰਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਸ ਸੰਕਟ ਦੇ, ਔਰ ਇਹ ਸੰਕਟ ਕਿਸ ਪੱਤਣ ਲੱਗੇਗਾ? ਮੇਰੇ ਨਾਲ ਨੇ ਇਸ ਵੇਲੇ ਪੰਜਾਬ ਦੇ ਸਾਬਕਾ ਫਾਈਨਾਂਸ ਮਿਨਿਸਟਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ। ਢੀਂਡਸਾ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਜੀ, ਸਾਨੂੰ ਫਿਕਰਮੰਦੀ ਹੈ, ਅਸੀਂ ਇਹ ਸਮਝਦੇ ਹਾਂ ਹਮੇਸ਼ਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਨੇ ਘੋਲਾਂ ਦੀ ਅਗਵਾਈ ਕੀਤੀ ਹੈ, ਟੌੜਾ ਸਾਹਿਬ ਹੋਏ, ਤਲਵੰਡੀ ਸਾਹਿਬ ਹੋਏ, ਬਾਦਲ ਸਾਹਿਬ ਤੱਕ ਵੀ ਇਹ ਸਫ਼ਰ ਵਧੀਆ ਰਿਹਾ। ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਗੜਾਸਾ ਵਰਕਰਾਂ ਦੇ ਉੱਤੇ ਅਤੇ ਟਕਸਾਲੀਆਂ ਦੇ ਉੱਤੇ ਚੱਲਣ ਦੀ ਗੱਲ ਚੱਲ ਰਹੀ ਹੈ, ਉਹ ਤੋਂ ਲੋਕ ਆਮ ਤੌਰ ਦੇ ਉੱਤੇ ਬੜੇ ਚਿੰਤਤ ਨੇ। ਇਸ ਸੰਕਟ ਬਾਰੇ ਤੁਸੀਂ ਕੀ ਕਹੋਗੇ ਜੀ? ਇਹ ਜਿਹੜੀ ਅਸਲ ਦੇ ਵਿੱਚ ਏਡੀ ਵੱਡੀ ਪਾਰਟੀ ਦੇ ਅੰਦਰ ਖਿੱਚੋ ਤਾਣ ਪਈ ਹੈ, ਇਹ ਪਾਰਟੀ ਦੇ ਅੰਦਰ ਇੱਕ ਅੰਦਰੂਨੀ ਭ੍ਰਿਸ਼ਟਾਚਾਰ ਕਰਕੇ ਪਈ ਹੈ ਜਾਂ ਡਿਕਟੇਟਰਸ਼ਿਪ ਕਰਕੇ ਪਈ ਹੈ? ਕੀ ਕਹੋਗੇ ਢੀਂਡਸਾ ਸਾਹਿਬ? ਦੇਖੋ ਜੀ, ਇਹਦਾ ਸਾਹਿਬ ਕਈ ਕਾਰਨ ਨੇ ਜੀ। ਇਹ ਜਿਹੜੀ ਤਕਰੀਬਨ ਅੱਗ ਹੈ, ਇਹ ਬੜੇ ਲੰਬੇ ਸਮੇਂ ਤੋਂ, 4-5 ਸਾਲਾਂ ਤੋਂ ਇਹ ਸੁਲਗ ਰਹੀ ਸੀ ਜੀ, ਕਿਉਂਕਿ ਜੋ ਪ੍ਰਧਾਨ ਸਾਹਿਬ ਦੀ ਫੰਕਸ਼ਨਿੰਗ ਬਾਰੇ, ਉਹਨਾਂ ਦੇ ਬਾਰੇ ਢੀਂਡਸਾ ਸਾਹਿਬ ਉਹਨਾਂ ਨੇ ਕਈ ਵਾਰੀ ਇਸ਼ੂਜ ਰੇਜ਼ ਕੀਤੇ ਜੀ। ਫਿਰ ਸਿਧਾਂਤਕ ਤੌਰ ਤੇ ਜੋ ਪਾਰਟੀ ਨੇ ਫੈਸਲੇ ਲਏ ਸਮੇਂ ਦੇ ਵਿੱਚ ਜੀ, ਜਿਹੜੇ ਸਿੱਖ ਭਾਵਨਾਵਾਂ ਦੇ ਉਲਟ ਗਏ, ਉਹਨਾਂ ਦੇ ਵਿੱਚ ਜਿਹੜਾ ਹੈ ਦਰੁਸਤੀ ਕਰਨ ਦੀ ਗੱਲ ਸਮੇਂ ਸਮੇਂ ਤੇ ਹੁੰਦੀ ਰਹੀ ਵੀ ਕਿਸ ਤਰੀਕੇ ਦੇ ਨਾਲ ਸਿੱਖ ਭਾਵਨਾ ਨੂੰ ਦੁਬਾਰੇ ਜੋੜਿਆ ਜਾ ਸਕਦਾ ਹੈ। ਉਹਨਾਂ ਦੇ ਜੋ
ਉਹ ਆਪਦੇ ਆਪ ਨੂੰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਮਹਿਸੂਸ ਕਰ ਰਹੇ ਨੇ, ਕਿਵੇਂ ਦੁਬਾਰੇ ਆਪਾਂ ਉਹਨਾਂ ਨੂੰ ਜੋੜੀਏ ਜੀ। ਉਹਦੇ ਵਾਸਤੇ ਕੁਛ ਕਦਮ ਚੱਕਣ ਦੀ ਗੱਲ ਹੋਈ ਸੀ ਵੀ ਇਹ ਕਦਮ ਚੱਕੇ ਜਾਣ, ਉਹਦੇ ਨਾਲ ਸ਼ਾਇਦ ਸਿੱਖ ਭਾਵਨਾਵਾਂ ਨੂੰ ਕੁਛ ਜਿਹੜਾ ਹੈ ਮੱਲਮ ਲੱਗੇਗੀ ਜੀ। ਪਰ ਉਹ ਜਿਹੜਾ ਹੈ ਕੋਈ ਵੀ ਗੱਲ ਜਿਹੜੀ ਹੈ ਕਿਸੇ ਸਿੱਟੇ ਨਾ ਲੱਗਣ ਕਰਕੇ ਜੀ ਇਹ ਜਿਹੜਾ ਕਦਮ ਚੱਕਣੇ ਪਏ। ਦੇਖੋ ਕੋਈ ਵੀ ਵਿਅਕਤੀ ਹੈ ਜਿਹਨੇ ਆਪਦੀ ਸਾਰੀ ਜ਼ਿੰਦਗੀ ਲਾਈ ਹੋਵੇ ਰਾਈਟ ਪਾਰਟੀ ਦੇ ਵਿੱਚ, ਚਾਹੇ ਮੈਂ ਵੀ ਆਪਦੇ ਜਵਾਨੀ ਤੋਂ ਜਿਹੜਾ ਹੈ ਹੁਣ ਤੱਕ ਪਾਰਟੀ ਨਾਲ ਜੁੜ ਕੇ ਕੰਮ ਕੀਤਾ, ਸੋ ਪਿੱਛੇ ਹਟਣਾ ਬੜਾ ਦੁਖਦਾਈ ਹੁੰਦਾ ਹੈ। ਬਿਲਕੁਲ, ਕਈ ਵਾਰ ਕਈ ਚੀਜ਼ਾਂ ਨੂੰ ਬੰਦਾ ਅਣਦੇਖੇ ਵੀ ਕਰ ਦਿੰਦਾ ਹੈਗਾ ਬਹੁਤ ਵਾਰ, ਕਿਉਂਕਿ ਇੱਕ ਪਾਰਟੀ ਨੂੰ ਆਪਾਂ ਮਾਂ ਪਾਰਟੀ ਦੇਖ ਕੇ ਚੱਲਦੇ ਹਾਂ, ਪਰ ਜਦ ਕੋਈ ਚੀਜ਼ਾਂ ਹੱਦ ਬੰਨੇ ਟੱਪ ਜਾਂਦੀਆਂ ਫਿਰ ਬੰਦਾ ਜਿਹੜਾ ਹੈ ਆਪਦੇ ਆਪ ਨੂੰ ਜਿਹੜਾ ਹੈ ਇਹ ਮਹਿਸੂਸ ਕਰਦਾ ਵੀ ਹੁਣ ਪਾਸੇ ਹੋਇਆ ਬਿਹਤਰ ਹੈ, ਇਹ ਜਿਹੜੀ ਗੱਲ ਜ਼ਿਆਦਾ ਚੱਲ ਨਹੀਂ ਸਕਦੀ। ਸੋ ਇਹ ਕਾਰਨ ਹੋਇਆ ਵੀ ਪਹਿਲਾਂ ਢੀਂਡਸਾ ਸਾਹਿਬ ਨੇ ਤੇ ਫਿਰ ਮੈਂ, ਜਿਹੜਾ ਮੈਨੂੰ ਵੀ ਬੜੀ ਦੁਚਿੱਤੀ ਵਿੱਚ ਰਿਹਾ ਮੈਂ ਬੜਾ ਸਮਾਂ, ਮੈਂ ਉਹੀ ਝੂਠ ਬੋਲਾਂ ਕਿਉਂਕਿ ਇਹਦੇ ਵੱਡੇ ਫੈਸਲੇ ਬੜੇ ਸੌਖੇ ਨਹੀਂ ਹੁੰਦੇ ਲੈਣੇ ਰਾਈਟ, ਪਰ ਆਖਿਰ ਜਾ ਕੇ ਢੀਂਡਸਾ ਸਾਹਿਬ ਦੀ ਜੋ ਉਹਨਾਂ ਨੇ ਗੱਲਾਂ ਕਹੀਆਂ ਉਹਦੇ ਨਾਲ ਮੈਂ ਸਹਿਮਤ ਸੀ, ਸੋ ਇਹ ਜਿਹੜਾ ਫੈਸਲਾ ਮੈਂ ਲਿਆ ਹੈਗਾ। ਢੀਂਡਸਾ ਸਾਹਿਬ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਕਿਉਂਕਿ ਮੈਂ ਬੜਾ ਅਕਾਲੀ ਦਲ ਨੂੰ ਦੂਰ ਦੁਰਾਡੇ ਦੀਆਂ ਹਕੀਕਤਾਂ ਤੋਂ ਜਾਣਦਾ। ਬੇਅੰਤ ਸਿੰਘ ਦੀ ਸਰਕਾਰ ਵੇਲੇ 1992 ਵਿੱਚ ਮੈਂ ਟ੍ਰਿਬਿਊਨ ਦਾ ਪੱਤਰਕਾਰ ਸਾਂ, ਔਰ ਜਦੋਂ ਮੈਂ ਭੁੰਦੜ ਸਾਹਿਬ ਨੂੰ ਮਿਲਦਾ ਹੁੰਦਾ ਸਾਂ ਤਾਂ ਉਹਨਾਂ ਕੋਲ ਇੱਕ ਬਹੁਤ ਪੁਰਾਣੀ ਡੀਜ਼ਲ ਕਾਰ ਹੁੰਦੀ ਸੀ ਵਾਈਟ ਕਲਰ ਦੀ, ਅਤੇ ਜਿਹੜੇ ਸਰਵਣ ਸਿੰਘ ਫਲੌਰ ਸੀ ਉਹਨਾਂ ਕੋਲ ਨੀਲੇ ਰੰਗ ਦੀ ਮਰੂਤੀ, ਉਹਦੇ ਵਿੱਚ ਵੀ ਡੀਜ਼ਲ ਇੰਜਣ ਹੁੰਦਾ ਸੀ। ਅਕਾਲੀਆਂ ਦੇ ਲਾਗੇ ਕੋਈ ਨਹੀਂ ਸੀ ਆ ਰਿਹਾ ਉਸ ਵੇਲੇ, ਇੱਕ ਮੁਸ਼ਕਲ ਦੀ ਘੜੀ ਸੀ, ਸਰਕਾਰੀ ਵੀ ਔਰ ਮੈਂ ਸਮਝਾਂਗਾ ਖਾੜਕੂਵਾਦ ਦਾ ਦੌਰ ਵੀ ਔਰ ਸਰਕਾਰੀ ਤਸ਼ੱਦਦ ਵੀ ਸੀ, ਪਰ ਉਸ ਵੇਲੇ ਜਿਹੜੇ ਆਗੂਆਂ ਨੇ ਮੈਂ ਸਮਝਾਂਗਾ ਕਿ ਦਿਨ ਰਾਤ ਇੱਕ ਕਰਕੇ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ, ਪਰ ਉਹ ਘਾਟਾਂ ਕਿੱਥੇ ਰਹਿ ਗਈਆਂ ਕਿ ਉਹ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਕਿਵੇਂ ਬਣ ਗਿਆ ਸੱਤਾ ਦੇ ਵਿੱਚ ਆਉਣ ਤੋਂ ਬਾਅਦ? ਦੇਖੋ, ਕਿਉਂਕਿ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ 97 ਤੋਂ ਬਾਅਦ ਜੀ ਹੁਣ ਤੱਕ 20 ਸਾਲਾਂ ਦੇ ਵਿੱਚ 15 ਸਾਲ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਰਿਹਾ ਜੀ। ਸੋ ਮੈਂ ਸਮਝਦਾ ਵੀ ਇਹ ਵੱਡਾ ਕਾਰਨ ਇਹੀ ਸੀ ਵੀ ਲੰਬਾ ਸਮਾਂ ਸੱਤਾ ਵਿੱਚ ਰਹਿਣ ਕਰਕੇ ਤੇ ਜਿਹੜਾ ਹੈ ਜ਼ਮੀਨੀ ਜਿਹੜੀਆਂ ਵਰਕਰਾਂ ਦੀਆਂ ਭਾਵਨਾਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਹੌਲੀ ਹੌਲੀ ਉਹ ਟੁੱਟ ਗਿਆ ਜੀ। ਮੈਂ ਮਹਿਸੂਸ ਕਰਦਾ ਵੀ ਕਿਉਂਕਿ ਪਾਰਟੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ਮਈ ਪਾਰਟੀ ਸੀ, ਬਿਲਕੁਲ, ਤੇ ਸੰਘਰਸ਼ ਕਰਦੇ ਸੀ ਤੇ ਸੱਤਾ ਦੀ ਜਿਹੜੀਆਂ ਹੁੰਦੀਆਂ ਨੇ ਜਿਵੇਂ ਕਹਿੰਦੇ ਤਾਕਤ ਜਾਂ ਹੋਰ ਜਿਹੜੇ ਨਾਲ ਜਿਹੜੇ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਉਹਦੇ ਕਰਕੇ ਹੌਲੀ 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 ਜਿਹੜੇ ਕਮੀਆਂ ਆਈਆਂ ਤੇ ਫਿਰ ਫੰਕਸ਼ਨਿੰਗ ਦੇ ਵਿੱਚ ਵੀ ਜੋ ਲੀਡਰਸ਼ਿਪ ਦੀ ਹੈ ਉਹਦੇ ਵਿੱਚ ਕਮੀਆਂ ਆਈਆਂ ਤੇ ਉਹਦੇ ਨਾਲ ਇਹ ਜਿਹੜੀ ਹੈ ਸਾਰੀ ਪਾਵਰ ਜਿਹੜੀ ਹੈ ਕੌਨਸਨਟ੍ਰੇਟ ਹੋ ਗਈ ਸੱਤਾ, ਕਿਉਂਕਿ ਸੱਤਾ ਹਮੇਸ਼ਾ ਇੱਕ ਵਨ ਸੈਂਟਰ ਹੁੰਦਾ ਹੈ ਸੱਤਾ ਦਾ, ਪਾਵਰ ਦਾ ਸੱਤਾ ਦੇ ਵਿੱਚ। ਸੋ ਉਹਦੇ ਨਾਲ ਦੂਜੀ ਜਿਹੜੀ ਪਾਰਟੀ ਦਾ ਵੀ ਜਿਹੜਾ ਪਾਵਰ ਸੈਂਟਰ ਹੈ ਉਹ ਇੱਕ ਬਣ ਗਿਆ ਜੀ। ਬਾਦਲ ਸਾਹਿਬ ਦੇ ਪੁੱਤਰ ਮੋਹ ਨੇ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਗਾਰ ਦੇ ਉੱਤੇ ਲੈ ਆਉਂਦਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਵੀ ਵਿਧਾਨ ਸਭਾ ਦੇ ਵਿੱਚ ਨਾ ਬਣ ਸਕਿਆ, ਇਸ ਗੱਲ ਨੂੰ ਮੰਨਦੇ ਹੋ ਤੁਸੀਂ? ਦੇਖੋ, ਮੈਂ ਸਮਝਦਾ ਵੀ ਫੈਸਲੇ ਜਿਹੜੇ ਨੇ ਕਈ ਜਿਹੜੇ ਬੜੇ ਸੈਂਸਿਟਿਵ ਮੁੱਦੇ ਸੀ ਜਿਹਨਾਂ ਨੂੰ ਅਸੀਂ ਬਿਲਕੁਲ ਨਜ਼ਰਅੰਦਾਜ਼ ਵੀ ਮੈਂ ਸਮਝ ਲਿਆ ਕੀਤਾ ਜਾਂ ਜਿਹਨਾਂ ਨੂੰ ਅਸੀਂ ਪ੍ਰੋਪਰਲੀ ਹੈਂਡਲ ਨਹੀਂ ਕਰ ਸਕੇ, ਉਹਦੇ ਕਰਕੇ ਇਹ ਸਾਰਾ ਜਿਹੜਾ ਹੈ ਅੱਜ ਪਾਰਟੀ ਇੱਕ ਹਾਸ਼ੀਏ ਤੇ ਆਈ ਹੈ, ਲੋਕਾਂ ਦਾ ਵਿਸ਼ਵਾਸ ਟੁੱਟਿਆ। ਅੱਜ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਾਂ ਤੀਜੀ ਧਿਰ ਦੀ ਕੋਈ ਗੱਲ ਚੱਲਦੀ ਹੈ ਉਹ ਇਸੇ ਕਰਕੇ ਹੈ ਵੀ ਲੋਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਹੈ ਜੋ ਲੀਡਰਸ਼ਿਪ ਨੇ ਉਹ ਤੋਂ ਖੁਸ਼ ਨਹੀਂ ਹੈਗੇ ਜੀ। ਤੇ ਹੁਣ ਇਹੀ ਜਿਹੜਾ ਵੱਡਾ ਕਾਰਨ ਹੈ ਵੀ ਕਾਂਗਰਸ ਨੇ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ, ਆਮ ਆਦਮੀ ਪਾਰਟੀ ਜਿਹੜੀ ਹੈ ਇੱਕ ਬਾਹਰਲੀ ਪਾਰਟੀ ਸੀ ਪੰਜਾਬ ਨਾਲ ਜਿਹਨਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀ, ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ। ਸੋ ਇਹਦੇ ਕਰਕੇ ਸਾਨੂੰ ਲੋੜ ਸੀ ਵੀ ਜੇ ਅਸੀਂ ਸੱਤਾ ਵਿੱਚ ਨਹੀਂ ਆ ਸਕੇ ਤਾਂ ਦੁਬਾਰੇ ਉਹਦੇ ਵਿੱਚ ਪੜਚੋਲ ਕਰਨ ਦੀ ਲੋੜ ਸੀ, ਉਹਨਾਂ ਨੂੰ ਖਾਮੀਆਂ ਨੂੰ ਦੂਰ ਕਰਨ ਦੀ ਲੋੜ ਸੀ। ਆ 3 ਸਾਲ ਦਾ ਸਮਾਂ ਹੋ ਗਿਆ ਪਰ ਉਸ ਪਾਸੇ ਕਿਸੇ ਨੇ ਕੋਈ ਇੱਕ ਪੈਸੇ ਦਾ ਵੀ ਜਿਹੜਾ ਧਿਆਨ ਨਹੀਂ ਦਿੱਤਾ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀਆਂ ਬਾਰ ਬਾਰ ਬੇਨਤੀਆਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ
ਆਪਾਂ ਨੂੰ ਅਕਾਲ ਤਖ਼ਤ ਦੇ ਉੱਤੇ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਆਪਣੇ ਕਾਰਜਕਾਲ ਦੇ ਵਿੱਚ, ਆਪਣੇ ਰਾਜ ਦੇ ਵਿੱਚ ਇਹ ਸਾਰਾ ਕੁਛ ਹੋਇਆ, ਭਾਵੇਂ ਆਪਾਂ ਇਹਦੇ ਜ਼ਿੰਮੇਵਾਰ ਨਹੀਂ, ਪਰ ਸਾਡੇ ਰਾਜ ਦੇ ਵਿੱਚ ਹੋਇਆ ਅਤੇ ਸਾਡੇ ਰਾਜ ਦੇ ਵਿੱਚ ਦੋਸ਼ੀ ਵੀ ਨਹੀਂ ਫੜੇ ਗਏ। ਬਾਦਲ ਸਾਹਿਬ ਦੀ ਕੀ ਮਜ਼ਬੂਰੀ ਹੋ ਸਕਦੀ ਹੈ ਕਿ ਉਹ ਕਿਹੜੇ ਲੋਕ ਸਨ ਜਿਹੜੇ ਇਹ ਕਹਿੰਦੇ ਸਨ ਕਿ ਨਹੀਂ ਆਪਾਂ ਨੂੰ ਮਾਫ਼ੀ ਨਹੀਂ ਮੰਗਣੀ ਚਾਹੀਦੀ, ਔਰ ਅੱਜ ਤੱਕ ਨਹੀਂ ਮੰਗੀ? ਉਹਦੇ ਬਜ਼ਾਨੇ 'ਚ ਸਿਰਸੇ ਸਾਧ ਨੂੰ ਮਾਫ਼ ਕਰਨ ਦਾ ਚਿੱਠਾ ਪੱਤਰ ਜਿਹੜਾ ਸੀ ਉਹ ਇੱਕ ਦਿੱਲੀ ਦਾ ਆਗੂ ਆਪਣੀ ਕਾਰ ਦੇ ਵਿੱਚ ਸਿਰਸੇ ਤੋਂ ਅੰਮ੍ਰਿਤਸਰ ਦੇ ਵਿੱਚ ਲੈ ਕੇ ਜਾਂਦਾ, ਇਹਦੇ ਬਾਰੇ ਕੀ ਕਹੋਗੇ? ਦੇਖੋ, ਮੈਂ ਇਹਦੇ ਬਾਰੇ ਤਾਂ ਇੱਕੋ ਹੀ ਕਹੂੰਗਾ ਜੀ, ਪੀ ਐਮ ਮੀਟਿੰਗ ਦੇ ਵਿੱਚ ਕਈ ਵਾਰ ਗੱਲਾਂ ਹੋਈਆਂ ਤੇ ਉਹਦਾ ਮੈਂ ਜੋ ਮਹਿਸੂਸ ਕਰਦਾ ਕਿ ਜਿਹੜੀ ਹੈ ਕੁਛ ਕੋਰ ਕਮੇਟੀ ਦੇ ਵਿੱਚ ਐਸੇ ਲੋਕ ਬੈਠੇ ਨੇ ਜਿਹੜੇ ਆਧਾਰਹੀਨ ਨੇ ਪਰ ਜਿਹੜੇ ਚਾਪਲੂਸੀ ਕਰਨਾ ਜਾਣਦੇ ਨੇ, ਉਹ ਮਤਲਬ ਉਹਨਾਂ ਨੇ ਕਿਸੇ ਗੱਲ ਨੂੰ ਕਿਸੇ ਸਿਰੇ ਪੱਤਣ ਲੱਗਣ ਹੀ ਨਹੀਂ ਦਿੱਤਾ ਤੇ ਇਹ ਗੱਲਾਂ ਵਾਰੀ ਵਾਰੀ ਉੱਠਣ ਦੇ ਬਾਵਜੂਦ ਉਹਨਾਂ ਨੇ ਮਤਲਬ ਸਿਰਫ ਆਪਦੀ ਨਿੱਜੀ ਇਹ ਸੋਚ ਲਈ ਵੀ ਜੀ ਅਸੀਂ ਬਹੁਤ ਜਿਵੇਂ ਕਹਿੰਦੇ ਨੇ ਇਹਨਾਂ ਦੇ ਖੈਰ ਖਵਾ ਬਣ ਕੇ ਦਿਖਾਈਏ, ਉਹਨਾਂ ਨੇ ਜਿਹੜੀ ਕਿਸੇ ਗੱਲ ਨੂੰ ਜਿਹੜਾ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤਾ, ਜਿਹਦੇ ਕਰਕੇ ਅੱਜ ਪਾਰਟੀ ਦਾ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਰਿਹਾ। ਜਿਹੜੀ ਸੱਤਾ ਦੇ ਵਿੱਚ ਕਈ ਵਾਰ ਜਿਹੜੇ ਲੋਕ ਨੇ ਉਹ ਚਾਪਲੂਸ ਲੋਕ ਅੱਗੇ ਆ ਜਾਂਦੇ ਨੇ ਤੇ ਉਹ ਜਿਹੜਾ ਹੈ ਪਾਰਟੀ ਦਾ ਉਦੋਂ ਵੀ ਵੱਧ ਨੁਕਸਾਨ ਕਰਦੇ ਨੇ ਜੀ। ਅੱਜ ਜੇ ਮੈਂ ਇਹ ਕਹਾਂ ਕਿ ਪਾਰਟੀ ਦੇ ਵਿੱਚ ਤਿੰਨ ਵਿਅਕਤੀ ਜਿਹੜੇ ਨੇ ਉਹ ਪਾਰਟੀ ਦੇ ਵੱਖ ਵੱਖ ਫੈਸਲਿਆਂ ਨੂੰ ਕਰਾਹੇ ਪਾਉਣ ਦੇ ਵਿੱਚ ਜ਼ਿੰਮੇਵਾਰ ਨੇ, ਜੋ ਅਸੀਂ ਸਰਵੇ ਕੀਤਾ, ਜੋ ਅਕਾਲੀ ਦਲ ਦੇ ਵਿਦੇਸ਼ੀ ਵਰਕਰਾਂ ਕੋਲੋਂ ਵੀ ਸਰਵੇ ਕੀਤਾ, ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ ਔਰ ਮਨਜਿੰਦਰ ਸਿੰਘ ਸਿਰਸਾ ਦੇ ਨਾਮ 80% ਤੋਂ ਵੱਧ ਲੋਕਾਂ ਨੇ ਲਏ ਕਿ ਇਹ ਪਾਰਟੀ ਨੂੰ ਕਰਾਹਾਂ ਵੱਲ ਲੈ ਕੇ ਜਾ ਰਹੇ ਨੇ। ਦੇਖੋ, ਹੋਰ ਵੀ ਕੁਛ ਵਿਅਕਤੀ ਹੈਗੇ ਨੇ, ਚਲੋ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਜੀ, ਪਰ ਗੱਲ ਇਹ ਹੈ ਵੀ ਜਿਹੜੇ ਲੋਕ ਜਿਨ੍ਹਾਂ ਦਾ ਇੰਨਾ ਪੁਰਾਣਾ ਐਕਸਪੀਰੀਅੰਸ ਹੈ ਜੀ, ਸਭ ਤੋਂ ਜਿਹੜੇ ਸੀਨੀਅਰ ਬੰਦੇ ਸੀ ਜੀ, ਉਹਨਾਂ ਦੀ ਰਾਏ ਮੈਂ ਸਮਝਦਾ ਜ਼ਿਆਦਾ ਅਹਿਮੀਅਤ ਰੱਖਦੀ ਹੈ, ਪਰ ਉਹਨਾਂ ਦੀ ਰਾਏ ਨੂੰ ਅਹਿਮੀਅਤ ਨਾ ਦੇਣ ਕਰਕੇ ਇਹ ਸਾਰਾ ਕੁਛ ਹੋ ਜਾਏਗਾ। ਅਤੇ ਜਿਹੜਾ ਹੈ ਦੇਖੋ, ਕੋਈ ਵੀ ਚਾਹੇ ਪਾਰਟੀ ਹੈ ਚਾਹੇ ਕੋਈ ਰਾਜ ਹੈ, ਉਹ ਜਦ ਚਾਪਲੂਸਾਂ ਦੇ ਹੱਥ 'ਚ ਜਿਹੜਾ ਚਲੇ ਜਾਵੇ ਫੈਸਲੇ ਜਿਹੜੇ ਨੇ, ਤਾਂ ਉਦੋਂ ਫਿਰ ਜਿਹੜਾ ਹੈ ਬਹੁਤ ਵੱਡਾ ਨੁਕਸਾਨ ਹੁੰਦਾ ਹੈਗਾ ਜੀ। ਤੇ ਇਹ ਜਿਹੜੀਆਂ ਗੱਲਾਂ ਨੇ ਇਹਨੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਐਸਾ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਾਤਾ। ਦੇਖੋ, ਲੋਕਾਂ ਨੂੰ ਜੇ ਕਦੇ ਪੰਜਾਬ ਦੇ ਵਿੱਚ ਕਦੇ ਵੀ ਆਸ ਰਹੀ ਹੈ ਜੀ, ਉਹ ਸ਼੍ਰੋਮਣੀ ਅਕਾਲੀ ਦਲ ਤੋਂ ਰਹੀ ਹੈ ਬਿਲਕੁਲ। ਤੇ ਲੋਕਾਂ ਨੂੰ ਹਮੇਸ਼ਾ ਇਹਦਾ ਵੀ ਜੇ ਕੋਈ ਪੰਜਾਬ ਦੇ ਵਾਸਤੇ ਲੜੂਗਾ ਜਾਂ ਕੋਈ ਜਿਹੜੇ ਸਿੱਖਾਂ ਦੇ ਦੁਨੀਆਂ ਦੇ ਵਿੱਚ ਕਿਸੇ ਵੀ ਹਿੱਸੇ 'ਚ ਕਦੇ ਕੋਈ ਮਸਲਾ ਉੱਠਦਾ ਉਹਦੇ ਵਾਸਤੇ ਲੜੂਗਾ, ਤਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਲੜੂਗਾ ਜੀ। ਹੁਣ ਜਦ ਲੋਕਾਂ ਦਾ ਇਹੋ ਜਿਹਾ ਵਿਸ਼ਵਾਸ ਟੁੱਟ ਕੇ ਤਾਂ ਫਿਰ ਇੱਕ ਪਾਰਟੀ ਸਿਰਫ ਨਾ ਹੀ ਰਹਿ ਜਾਂਦਾ ਹੈਗਾ, ਜਿਹੜੀ ਅਸਲ 'ਚ ਪਾਰਟੀ ਦੀ ਜਿਹੜੀ ਨਿਉ ਹੁੰਦੀ ਆ ਉਹਦੀ ਸਿਧਾਂਤ ਹੁੰਦੇ ਨੇ ਜਿਹੜੇ, ਉਹ ਜਦ ਖੁਰਜੇ ਤਾਂ ਫਿਰ ਪਾਰਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਜੀ। ਢੀਂਡਸਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਿਫਾਫਾ ਜਥੇਦਾਰ, ਲਿਫਾਫਾ ਪ੍ਰਧਾਨ ਔਰ ਬਕਾਇਦਾ ਤੌਰ ਦੇ ਉੱਤੇ ਕੁਬੇਰ ਦੇ ਉੱਤੇ ਕੁੰਡਾ ਜਿਹੜਾ ਇੱਕ ਪਰਿਵਾਰ ਦਾ ਹੈ ਉਸ ਦੇ ਖਜ਼ਾਨੇ ਦੇ ਉੱਤੇ, ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ, ਉਹਦੀ ਵੀ ਇੱਕੋ ਹੀ ਗੱਲ ਹੈਗੀ ਹੈ ਵੀ ਜਿਹੜੇ ਕੋਈ ਵੀ ਪ੍ਰਧਾਨ ਜਿਹੜਾ ਚੁਣਿਆ ਜਾਂਦਾ ਹੈ ਜੀ, ਉਹ ਮੈਜੋਰਿਟੀ ਜਿਹੜੇ ਐਸਜੀਪੀਸੀ ਮੈਂਬਰਾਂ ਦੀ ਰਾਏ ਦੇ ਮੁਤਾਬਕ ਚੁਣੇ ਚਾਹੀਦੇ। ਦੇਖੋ, ਇੱਕ ਰਾਏ ਤਾਂ ਕਦੇ ਹੁੰਦੀ ਨਹੀਂ ਹੁੰਦੀ, ਰਾਈਟ, ਪਰ ਫਿਰ ਵੀ ਜਿਹਨੂੰ ਜ਼ਿਆਦਾ ਲੋਕ ਚਾਹੁਣ, ਉਹ ਇਹੋ ਜਿਹਾ ਵਿਅਕਤੀ ਜਿਹਨੂੰ ਸਾਰੇ ਸਮਝਦੇ ਨੇ ਵੀ ਚੰਗੀ ਅਗਵਾਈ ਕਰ ਸਕਦਾ, ਉਹ ਜਿਹਦੀ ਚੋਣ ਹੋਣੀ ਚਾਹੀਦੀ ਹੈ। ਪਰ ਗੱਲ ਹੈ ਕਿ ਬੰਦਾ ਅਖਲਾਕੀ ਤੌਰ ਤੇ ਵੀ ਜਿਹੜਾ ਹੈ ਬੰਦੇ 'ਚ ਜਿਹੜਾ ਦਮ ਹੋਣਾ ਚਾਹੀਦਾ, ਜਿਹੜਾ ਪ੍ਰਧਾਨ ਐਸ ਜੀ ਪੀ ਸੀ ਦਾ ਜਿਹਨੇ ਸਾਰੇ ਕੌਮ ਦੀ ਅਗਵਾਈ ਕਰਨੀ ਹੈ। ਪਰ ਇੱਥੇ ਮੈਨੂੰ ਲੱਗਦਾ ਹੁਣ ਉਹ ਲੋਕ ਅੱਗੇ ਆ ਰਹੇ ਨੇ ਜਿਹੜੇ ਆਪ ਕੋਈ ਫੈਸਲਾ ਲੈਣ ਦੀ ਸਮਰੱਥਾ ਨਹੀਂ ਰੱਖਦੇ ਤੇ ਜਿਹੜਾ ਜੋ ਵੀ ਹਦਾਇਤਾਂ ਹੁੰਦੀਆਂ ਨੇ ਇੱਕ ਰਬਰ ਸਟੈਂਪ ਬਣ ਕੇ ਕੰਮ ਕਰਦੇ ਨੇ। ਰਾਈਟ 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 ਰਾਈਟ, ਹੁਣ ਉਹ ਲੋਕ ਜ਼ਿਆਦਾ ਸੂਟ ਕਰਦੇ ਨੇ ਜਿਹੜੇ ਰਬਰ ਸਟੈਂਪ ਨੇ। ਪਰ ਇਹ ਰਬੜ ਸਟੈਂਪ ਕਿੰਨਾ ਕੁ ਚਿਰ ਚੱਲੇਗੀ ਤੁਸੀਂ ਸਮਝਦੇ ਹੋ? ਕਿੰਨਾ ਕੁ ਚਿਰ ਹੋਰ ਚੱਲੇਗੀ ਰਬੜ ਸਟੈਂਪ? ਕਿਉਂਕਿ ਮਸਲਾ ਇਸ ਗੱਲ ਦਾ, ਮਾਲਾ ਦੇ ਵਿੱਚੋਂ ਇੱਕ ਇੱਕ ਮਣਕਾ ਕਿਰੀ ਜਾਂਦਾ। ਸਮਝਦਾ ਵੀ ਅਗਲੀ ਜਦ ਤੱਕ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੁੰਦੀਆਂ ਜੀ ਦੁਬਾਰੇ, ਉਹਨਾਂ ਚਿਰ ਚੱਲੇਗੀ ਤੇ ਫਿਰ ਫੈਸਲਾ ਤਾਂ ਸੰਗਤ ਨੇ ਕਰਨਾ। ਮੈਨੂੰ ਲੱਗਦਾ ਪੰਜਾਬ ਦੇ ਲੋਕ ਜਿਹੜੇ ਨੇ, ਜਿਹੜੇ ਸਿੱਖ ਕੌਮ ਹੈ, ਫੈਸਲਾ ਮਨ ਬਣਾਈ ਬੈਠੇ ਨੇ ਵੀ ਜਿਹੜਾ ਹੈ ਐਸਜੀਪੀਸੀ ਦੇ ਪ੍ਰਬੰਧ ਵਿੱਚ ਬਦਲਾਅ ਲੈ ਕੇ ਆਉਣਾ ਜੀ। ਤੇ ਅਸੀਂ ਤਾਂ ਹਮੇਸ਼ਾ ਇਹੀ ਅਪੀਲ ਕਰਾਂਗੇ ਵੀ ਜਲਦੀ ਤੋਂ ਜਲਦੀ ਜਿਹੜੀ ਐਸਜੀਪੀਸੀ ਦੇ, ਹੁਣ 8 ਸਾਲ ਤੋਂ ਉੱਤੇ ਸਮਾਂ ਹੋ ਗਿਆ ਚੋਣ ਹੋਈ ਨੂੰ,
ਜਲਦੀ ਤੋਂ ਜਲਦੀ SGPC ਦੀ ਚੋਣ ਹੋਣੀ ਚਾਹੀਦੀ ਹੈ ਜੀ। ਢੀਂਡਸਾ ਸਾਹਿਬ, ਮਨਜੀਤ ਸਿੰਘ GK ਵਰਗੇ ਆਗੂ ਦੇ ਉੱਤੇ ਜਿਹਨੇ ਪਾਰਟੀ ਵਾਸਤੇ ਬੜੀ ਵੱਡੀ ਲੜਾਈ ਦਿੱਤੀ, ਅੱਜ ਇਹ ਵੱਡੇ ਦੋਸ਼ ਲੱਗ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹੀ ਉਸ ਉੱਤੇ ਮੈਂ ਸਮਝਾਂਗਾ ਕਿ ਕਿੱਡਾ ਵੱਡਾ ਮਾਰੂ ਹਮਲਾ ਕਰਾਇਆ, ਜਿਵੇਂ ਘੇਰ ਕੇ ਉਸ ਨੂੰ ਹਮਲੇ ਵਾਲੀ ਥਾਂ ਦੇ ਉੱਤੇ ਲੈ ਕੇ ਜਾਂਦੇ ਨੇ। ਉਹਨਾਂ ਚੀਜ਼ਾਂ ਦੇ ਸਾਰੇ ਸਬੂਤ ਜਿਹੜੇ ਨੇ ਉਹ ਵਿਦੇਸ਼ੀ ਮੀਡੀਆ ਦੇ ਕੋਲ ਵੀ ਮੌਜੂਦ ਨੇ, ਔਰ ਇਹ ਮੀਡੀਆ 'ਚ ਸ਼ਰੇਆਮ ਗੱਲਾਂ ਹੋ ਚੁੱਕੀਆਂ ਨੇ ਕਿ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਅਕਾਲੀ ਦਲ ਦੀ ਬੇੜੀਆਂ ਦੇ ਵਿੱਚ ਵੱਟੇ ਪਾਉਣ ਵਾਸਤੇ ਵੱਡੇ ਪੱਧਰ ਦੇ ਉੱਤੇ ਮੈਂ ਸਮਝਾਂਗਾ ਕਿ ਕਾਰਨ ਬਣੀਆਂ। ਦੇਖੋ ਮੈਨੂੰ, ਕਿਉਂਕਿ ਉੱਥੇ ਦੀ ਜਿਹੜੀ ਸਿਆਸਤ ਹੈ ਅਮਰੀਕਾ ਦੀ ਜਾਂ ਉੱਥੇ ਕੀ ਘਟਨਾ ਹੋਈ ਉਹਦੇ ਬਾਰੇ ਦੇਖੋ ਡਿਟੇਲ 'ਚ ਮੈਂ ਜਦ ਤੱਕ ਮੈਨੂੰ ਪੂਰੀ ਜਾਣਕਾਰੀ ਨੂੰ ਮੈਂ ਕਹਿ ਨਹੀਂ ਸਕਦਾ, ਜੋ ਘਟਨਾਵਾਂ ਹੋਈਆਂ ਮੰਦਭਾਗੀਆਂ ਸੀ। ਉਹਦੇ ਨਾਲ ਦੇਖੋ ਮਤਭੇਦ ਜਾਂ ਕਿਸੇ ਨਾਲ ਨਹੀਂ ਬਣਨਾ ਉਹ ਡਿਫਰੈਂਟ ਚੀਜ਼ ਹੈ। ਜਦ ਇਹੀਆਂ ਘਟਨਾਵਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੁੰਦੀਆਂ ਨੇ ਤਾਂ ਉਹਦੇ ਨਾਲ ਸਾਰੀ ਕੌਮ ਨੂੰ ਹੀ ਜਿਹੜੀ ਹੈ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੈਸ ਦੇ ਵਿੱਚ ਆਉਂਦੀਆਂ ਜੋ ਇੱਕ ਸਿੱਖ ਕੌਮ ਹੈ ਜਿਹਦਾ ਪੂਰੀ ਦੁਨੀਆਂ ਦੇ ਵਿੱਚ ਸੇਵਾ ਦੇ ਨਾਲ ਕਰਕੇ ਜਾਣਿਆ ਜਾਂਦਾ ਹੈ, ਵੀ ਕਿਤੇ ਵੀ ਲੋੜ ਹੈ, ਕਿਤੇ ਵੀ ਕੋਈ ਚੈਰਿਟੀ ਦੀ ਲੋੜ ਹੈ, ਜਿੱਥੇ ਕੋਈ ਮਦਦ ਦੀ ਲੋੜ ਹੈ, ਤਾਂ ਜਿਹੜੇ ਸਿੱਖ ਨੇ ਦੁਨੀਆਂ ਜਿੱਥੇ ਵੀ ਬੈਠੇ ਉਹ ਸਭ ਤੋਂ ਪਹਿਲਾਂ ਮੂਹਰੇ ਆਉਂਦੇ ਆ ਜੀ ਜੀ ਜੀ। ਤੇ ਸੋ ਇਹਦੇ ਨਾਲ ਉਸ ਇਮੇਜ ਨੂੰ ਬਹੁਤ ਵੱਡਾ ਸੱਟ ਵੱਜਦੀ ਹੈ ਜੀ, ਜਦ ਗੁਰਦੁਆਰਾ ਸਾਹਿਬਾਨ ਚ ਇਹੀਆਂ ਘਟਨਾਵਾਂ ਹੁੰਦੀਆਂ ਨੇ। ਤੇ ਜਿਹੜੇ ਵੀ ਲੋਕ ਕਰਾਉਣ ਵਾਸਤੇ ਜ਼ਿੰਮੇਵਾਰ ਨੇ ਮੈਂ ਸਮਝਦਾ ਉਹਨਾਂ ਦੀ ਸ਼ਨਾਖਤ ਹੋਣੀ ਬਹੁਤ ਜ਼ਰੂਰੀ ਹੈ। ਖੱਖੜੀਆਂ ਖੱਖੜੀਆਂ ਹੋਈ ਪਈ ਹੈ ਜੀ, ਫੇਸਬੁੱਕ ਹੀ ਰਹਿ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ। ਕੁਛ ਕੁ ਮਸਲਾ ਇਸ ਗੱਲ ਦਾ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਜਿਹੜਾ ਉਹ ਵਿਦੇਸ਼ਾਂ ਦੇ ਵਿੱਚੋਂ ਵੀ ਖੇਰੂ ਖੇਰੂ ਹੋ ਗਿਆ। ਦੋ ਸਵਾਲ ਛੋਟੇ ਛੋਟੇ ਕਰਾਂਗਾ। ਤੁਸੀਂ ਫਾਈਨਾਂਸ ਮਿਨਿਸਟਰ ਰਹੇ ਹੋ, ਤੁਸੀਂ PWD ਮਿਨਿਸਟਰ ਰਹੇ ਹੋ, ਤੁਸੀਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਰਹੇ ਹੋ, ਜਦੋਂ ਕਿ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਰਹੇ ਨੇ। ਕਦੇ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲਾਂ ਤੁਸੀਂ ਦੇਖੀ ਹੈ ਜਿਸ ਤਰ੍ਹਾਂ ਦੀ ਅੱਜ ਦੀ ਤਰੀਕ ਦੇ ਵਿੱਚ ਆਵਾਜ਼ ਆ ਰਹੀ ਹੈ? ਜੇ ਅੱਜ ਦੀ ਤਰੀਕ ਦੇ ਵਿੱਚ ਏਡੀ ਮਾੜੀ ਆਵਾਜ਼ ਆ ਰਹੀ ਬਾਦਲ ਸਾਹਿਬ ਦੀ ਹੈ ਤਾਂ ਉਹ ਕਿਉਂ ਹੈ, ਉਹਦੇ ਕੀ ਕਾਰਨ ਨਜ਼ਰ ਆ ਰਹੇ ਨੇ ਤੁਹਾਨੂੰ? ਤੁਸੀਂ ਸੀਨੀਅਰ ਲੀਡਰ ਹੋ ਪਾਰਟੀ ਦੇ। ਦੇਖੋ ਮੈਂ ਸਮਝਦਾ ਬਾਦਲ ਸਾਹਿਬ ਨਾਲ ਹੁਣ ਤਾਂ ਕੋਈ ਵੀ ਕੋਈ ਉਹਨਾਂ ਨਾਲ ਗੱਲ ਕਰਦਾ ਉਹ ਕਹਿੰਦੇ ਜੀ ਕਾਕਾ ਮੈਂ ਤਾਂ ਹੁਣ ਜਿਹੜਾ ਹੈ ਸਿਆਸਤ ਦੇ ਵਿੱਚ ਨਹੀਂ ਆ, ਤੇ ਉਹ ਹੁਣ ਤਕਰੀਬਨ ਜਿਵੇਂ ਸਿਆਸਤ ਛੱਡੀ ਬੈਠੇ ਲੱਗਦੀ ਹੈ। ਤੇ ਉਹਦੇ ਕੀ ਕਾਰਨ ਨੇ, ਵੀ ਕੋਈ ਪਰਿਵਾਰ ਤੋਂ ਪ੍ਰੈਸ਼ਰ ਹੈ ਜਾਂ ਖੁਦ ਹੀ ਉਹਨਾਂ ਨੇ ਮਨ ਬਣਾ ਲਿਆ, ਇਹ ਤਾਂ ਦੇਖੋ ਉਹੀ ਦੱਸ ਸਕਦੇ ਨੇ। ਪਰ ਉਹਦੇ ਨਾਲ ਵੀ ਜਿਹੜਾ ਕਾਫੀ ਜਿਹੜਾ ਹੈ ਇਸ ਚੀਜ਼ ਦਾ ਘਾਟਾ ਪਿਆ ਹੈਗਾ। ਰਾਜਨੀਤੀ ਦਾ ਉੱਡਣਾ ਸੱਪ ਕਦੇ ਆਪ ਰਾਜਨੀਤੀ ਛੱਡਣ ਦਾ ਮਨ ਨਹੀਂ ਬਣਾਉਂਦਾ ਹੁੰਦਾ, ਮੈਂ ਮੇਰਾ ਜ਼ਿੰਦਗੀ ਦਾ ਤਜਰਬਾ ਹੈ, ਕਿਉਂਕਿ ਬਾਦਲ ਸਾਹਿਬ ਨੇ ਅੱਜ ਤੱਕ ਜਿਹੜੇ ਵੀ ਟਕਸਾਲੀ ਲੀਡਰ ਦੇ ਡੰਗ ਮਾਰਿਆ ਉਹ ਸਿੱਧਾ ਉੜ ਕੇ ਮੱਥੇ 'ਚ ਹੀ ਮਾਰਿਆ, ਕਦੇ ਉਹ ਆਪ ਨਹੀਂ ਛੱਡ ਸਕਦੇ ਮੈਂ ਸਮਝਾਂਗਾ। ਪਰ ਪਰਿਵਾਰ ਦਾ ਇੱਕ ਵੱਡਾ ਦਬਦਬਾ ਜਿਹੜਾ ਹੈ ਉਹ ਬਾਦਲ ਸਾਹਿਬ ਦੇ ਉੱਤੇ ਬਣ ਗਿਆ, ਪਰਿਵਾਰ ਭਾਰੂ ਹੋ ਗਿਆ ਉਹਨਾਂ ਦੇ ਉੱਤੇ। ਨਹੀਂ ਦੇਖੋ ਇਹ ਤਾਂ ਹੈ ਹੀ ਹੈ, ਪਰਿਵਾਰ ਦਾ ਤਾਂ ਦਬਦਬਾ ਹੈ ਹੀ ਹੈ, ਉਹ ਤਾਂ ਜਗ ਜ਼ਾਹਰ ਹੈ ਜੀ। ਪਰ ਜਿਸ ਤਰ੍ਹਾਂ ਉਹਨਾਂ ਦਾ ਸਿਆਸਤ ਤੋਂ ਪਿੱਛੇ ਹਟਿਆ ਹੈ ਉਹਦੇ ਬਾਰੇ, ਕਿਉਂਕਿ ਉਹਨਾਂ ਦੇ ਜਿਹੜੇ ਨਜ਼ਦੀਕੀ ਸਾਥੀ ਜਿਵੇਂ ਢੀਂਡਸਾ ਸਾਹਿਬ ਜਾਂ ਹੋਰ ਜੀ ਬਹੁਤ ਲੰਬਾ ਸਮਾਂ, ਉਹਨਾਂ ਦਾ ਮੰਨਣਾ ਤਾਂ ਇਹੀ ਹੈ ਵੀ ਉਹ ਬਾਦਲ ਸਾਹਿਬ ਬੇਵਸ ਹੋ ਗਏ, ਤੇ ਸ਼ਾਇਦ ਜੇ ਜਿਸ ਤਰ੍ਹਾਂ ਉਹਨਾਂ ਦਾ ਮੰਨਣਾ ਮੈਂ ਸਮਝਦਾ ਸ਼ਾਇਦ ਉਹ ਠੀਕ ਹੀ ਜਿਹੜਾ ਇਸ ਗੱਲ ਨੂੰ ਮਹਿਸੂਸ ਕਰਦੇ ਹੋਣੇ ਨੇ ਵੀ ਬਾਦਲ ਸਾਹਿਬ ਜਿਹੜਾ ਹੈ ਉਹ ਹੁਣ ਬੇਬਸ ਹੋ ਕੇ ਜਿਹੜਾ ਸਾਈਡ ਤੇ ਹੋ ਗਏ ਜੀ। ਮੈਂ ਆਖਰੀ ਸਵਾਲ ਕਰਾਂਗਾ ਸਰ, ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਸ ਦਿਨ ਮੈਂ ਸਮਝਾਂਗਾ ਕਿ ਆਪਣਾ ਸ਼ਕਤੀ ਪ੍ਰਦਰਸ਼ਨ ਨੇ ਆਪਣੇ ਵਰਕਰਾਂ ਨੂੰ ਬੁਲਾਇਆ ਘਰ ਦੇ ਵਿੱਚ, ਅਸੀਂ ਉਸ ਦੀਆਂ ਤਸਵੀਰਾਂ ਦੀ ਦਿਖਾ ਲਈਆਂ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਔਰ ਅੱਜ ਜਿਹੜੀ ਇੱਕ ਤਸਵੀਰ ਨਸ਼ਰ ਹੋਈ ਹੈ ਭਾਵੇਂ ਕਿ ਮੈਂ ਉਹਨੂੰ ਅੱਜ TV ਦੇ ਉੱਤੇ ਨਹੀਂ ਦਿਖਾ ਸਕਦਾ ਪਰ ਮੈਂ ਉਹਨੂੰ ਦੇਖ ਕੇ ਆਇਆ, ਦੋ ਜ਼ਿਲ੍ਹਿਆਂ ਦੇ ਅਕਾਲੀ ਲੀਡਰਾਂ ਨੇ ਸਰ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਮਤਾ ਪਾਸ ਕੀਤਾ, ਔਰ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਅਕਾਲੀ ਦਲ ਦਾ ਇਕੱਠ ਜਿਹੜਾ ਹੈ ਉਹ 26 ਵਿਅਕਤੀਆਂ ਦਾ ਤਸਵੀਰ ਦੇ ਵਿੱਚ ਕੁੱਲ, ਇਹਦੇ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ? ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਅਕਾਲੀ ਆਗੂਆਂ ਨੇ ਮਤਾ ਪਾਸ ਕੀਤਾ, ਔਰ ਇਸ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ 'ਚ ਉਹ ਖੜ੍ਹੇ ਨੇ ਨਾਲ, ਔਰ 26 ਟੋਟਲ ਕੁੱਲ ਮਿਲਾ ਕੇ ਮਲੂਕਾ ਸਾਹਿਬ ਸਮੇਤ 26 ਵਿਅਕਤੀ ਹੈ, 27ਵਾਂ ਪਰਛਾਵਾਂ ਨਹੀਂ ਹੈ ਦੋਵਾਂ ਜ਼ਿਲ੍ਹਿਆਂ ਦਾ, ਕੀ ਪ੍ਰਤੀਕਰਮ ਹੈ ਜੀ ਉਹਦੇ ਉੱਤੇ ਤੁਹਾਡਾ? ਦੇਖੋ ਇਹ ਤਾਂ ਸਾਨੂੰ
ਇਸ ਗੱਲ ਦਾ ਪਤਾ ਹੀ ਸੀ ਵੀ ਇਹਨਾਂ ਨੇ ਸਾਰਾ ਕੁਛ ਜਿਹੜਾ ਹੁਣ ਸਾਡੇ ਖਿਲਾਫ ਕਰਨਗੇ ਜੀ, ਸਾਰਿਆਂ ਤੇ ਦਬਾਅ ਪਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਮਤੇ ਪਾ ਕੇ ਦਿਓ, ਤੇ ਉਹਨਾਂ ਤੋਂ ਦਸਤਖਤ ਵੀ ਕਰਾਏ ਨੇ। ਉਹਨਾਂ ਵਿੱਚੋਂ ਅੱਧੇ ਜਿਹੜੇ ਨੇ ਉਹਨਾਂ ਨੇ, ਮੈਂ ਸਮਝਦਾ ਸਿਰਫ ਇਸ ਕਰਕੇ ਵੀ ਯਾਰ ਪਾਰਟੀ ਦੇ, ਕਿਉਂਕਿ ਹਰ ਬੰਦੇ ਜਦ ਪਾਰਟੀ ਦੇ ਵਿੱਚ ਹੁੰਦਾ ਥੋੜਾ ਜਿਹਾ ਹਿਚਕਚਾਉਂਦਾ ਹੈਗਾ ਕੋਈ ਵੱਡਾ ਫੈਸਲਾ ਲੈਣ ਤੋਂ ਪਹਿਲਾਂ। ਤੁਸੀਂ ਦੇਖਿਓ ਮੈਜੋਰਿਟੀ ਜਿਹੜੇ ਬੰਦੇ ਨੇ ਉਹ ਜਿਹੜਾ ਹੈ ਪਾਰਟੀ ਤੋਂ ਹੌਲੀ ਹੌਲੀ ਜਿਹੜਾ ਕਿਨਾਰਾ ਕਰ ਲੈਣਗੇ, ਪਰ ਜਿੰਨੇ ਵੀ ਜਿਹੜੇ ਇਹਨਾਂ ਨੇ ਇਕੱਠੇ ਕੀਤੇ ਨੇ ਉਹ ਇਹਨਾਂ ਦੀ ਸੋਚ ਨੂੰ ਜ਼ਾਹਰ ਕਰਦੀ ਹੈ ਵੀ ਕਿਸ ਤਰ੍ਹਾਂ ਦੀ ਸੋਚ ਇਹ ਰੱਖਦੇ ਨੇ। ਕਿਸ ਤਰ੍ਹਾਂ ਪਹਿਲੇ ਦਿਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਖਿਲਾਫ਼ ਇਹਨਾਂ ਨੇ ਜਿਹੜਾ ਹੈ ਪੰਡੀ ਪ੍ਰਚਾਰ ਕੀਤਾ। ਪਹਿਲੀ ਗੱਲ ਤਾਂ ਇਹਨਾਂ ਨੇ ਕਿਹਾ ਜੀ ਜਿਹੜੀ ਇੱਕੋ ਹੀ ਗੱਲ ਜੀ, ਢੀਂਡਸਾ ਸਾਹਿਬ ਤਾਂ ਕੋਈ ਚੋਣ ਨਹੀਂ ਜਿੱਤੇ। ਮੈਂ ਦੱਸਣਾ ਚਾਹੁੰਦਾ ਢੀਂਡਸਾ ਸਾਹਿਬ ਤਿੰਨ ਲੋਕ ਸਭਾ ਦੀਆਂ ਚੋਣਾਂ ਲੜੇ ਜੀ, ਦੋ ਉਹ ਹਾਰੇ ਤੇ ਇੱਕ ਜਿੱਤੇ ਜੀ, ਤੇ ਦੂਜੀ ਗੱਲ ਉਹ ਪੰਜ MLA ਦੀਆਂ ਇਲੈਕਸ਼ਨਾਂ ਲੜੇ ਆ ਤੇ ਵਿੱਚੋਂ ਚਾਰ ਵਾਰੀ ਜਿੱਤੇ ਆ ਜੀ। ਉਹ ਗੱਲ ਤਾਂ ਕੋਈ ਗੱਲ ਨਹੀਂ ਕਰਦੇ ਢੀਂਡਸਾ ਸਾਹਿਬ, ਅਸੀਂ ਮੈਂ ਤੇ ਢੀਂਡਸਾ ਸਾਹਿਬ ਇਕੱਠੇ ਰਲ ਕੇ ਜੀ ਹੁਣ ਤੱਕ 1972 ਤੋਂ ਲੈ ਕੇ 2019 ਤੱਕ ਅਸੀਂ 10 ਵਿਧਾਨ ਸਭਾ ਦੀਆਂ ਚੋਣਾਂ ਲੜੇ ਆ ਜੀ, ਤੇ 10 ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚੋਂ 9 ਵਾਰੀ ਸਾਡਾ ਪਰਿਵਾਰ ਵਿਧਾਨ ਸਭਾ ਦੇ ਵਿੱਚ ਗਿਆ। ਰਾਈਟ, ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਤੋਂ ਬਾਅਦ ਹੋਰ ਕੋਈ ਨਹੀਂ ਹੋਣਾ ਜਿਹੜੇ 10 ਪਿਛਲੀਆਂ ਅਸੈਂਬਲੀ ਦੇ ਵਿੱਚੋਂ 9 ਦੇ ਵਿੱਚ ਜਿਹੜੇ ਪਰਿਵਾਰ ਦੀ ਨੁਮਾਇੰਦਗੀ ਹੋਵੇ। ਇਹ ਗੱਲਾਂ ਨੂੰ ਉਹ ਜਿਸ ਤਰੀਕੇ ਨਾਲ ਪੇਸ਼ ਕਰਦੇ ਨੇ ਉਹ ਸਿਰਫ ਜਿਹੜਾ ਹੈ ਇੱਕ ਇਹਨਾਂ ਦੀ ਮਾਨਸਿਕਤਾ ਵੀ ਹੋਰ ਤਾਂ ਕੋਈ ਮੁੱਦਾ ਹੈ ਨੂੰ ਕਹਿਣ ਨੂੰ ਇਹਨਾਂ ਨੂੰ ਜੀ 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 ਗੱਲਾਂ ਜਿਹੜੀਆਂ ਬੇਤੁਕੀਆਂ ਬਹੁਤ ਛੋਟੀਆਂ ਗੱਲਾਂ। ਨਾਲੇ ਜਿਹੜਾ ਕੋਈ ਲੀਡਰ ਹੈ ਕੋਈ ਉਹ ਇਕੱਲੀ ਇਲੈਕਸ਼ਨਾਂ ਨਾਲ ਨਹੀਂ ਹੁੰਦਾ, ਲੀਡਰ ਬਹੁਤ ਵੱਡੇ ਵੱਡੇ ਹੈ। ਚੌਧਰੀ ਦੇਵੀ ਲਾਲ ਸੀਗੇ, ਚੌਧਰੀ ਦੇਵੀ ਲਾਲ ਦੇਸ਼ ਦੇ ਹਰਕਿਸ਼ਨ ਸਿੰਘ ਸੁਰਜੀਤ ਨੇ ਹਰਕਿਸ਼ਨ ਸਿੰਘ ਸੁਰਜੀਤ ਨੇ ਸਿਰਫ ਇੱਕੋ ਹੀ ਚੋਣ ਲੜੀ ਸੀ, ਉਦੋਂ ਬਾਅਦ ਚੋਣ ਹੀ ਨਹੀਂ ਲੜੀ ਕੋਈ ਵੀ। ਕੀ ਉਹ ਲੀਡਰ ਨਹੀਂ ਸੀ, ਉਹ ਹਿੰਦੁਸਤਾਨ ਦਾ ਕਿੰਗ ਮੇਕਰ ਰਿਹਾ, ਤਿੰਨ ਪ੍ਰਧਾਨ ਮੰਤਰੀ ਬਣਾਤੇ ਉਸ ਬੰਦੇ ਨੇ। ਦੇਖੋ ਚੌਧਰੀ ਦੇਵੀ ਲਾਲ ਲਗਾਤਾਰ 3 ਵਾਰੀ ਹਾਰੇ ਜੀ MP ਦੀ ਇਲੈਕਸ਼ਨ, ਪਰ ਅੱਜ ਵੀ ਉਹਨਾਂ ਦੇ ਕੱਦ ਦਾ ਹਰਿਆਣੇ ਦੇ ਵਿੱਚ ਕੋਈ ਲੀਡਰ ਪੈਦਾ ਨਹੀਂ ਹੋਇਆ ਅੱਜ ਤੱਕ। ਸੋ ਇਸ ਲਈ ਲੀਡਰ ਲੋਕਾਂ ਦੇ ਪਿਆਰ ਨਾਲ ਹੁੰਦਾ ਹੈਗਾ। ਚੋਣਾਂ ਇਲੈਕਸ਼ਨ ਵਿੱਚ ਸਮੀਕਰਨ ਹੁੰਦੇ ਨੇ, ਮੌਜੂਦਾ ਹਾਲਾਤ ਹੁੰਦੇ ਨੇ, ਉਹਦੇ ਨਾਲ ਕੁਛ ਵੀ ਹੋ ਸਕਦਾ। ਅਤੇ ਕਈ ਵਾਰੀ ਅੰਦਰੋਂ ਵੀ ਜਿਹੜੇ ਨੇ ਜਿਹੜਾ ਕੋਈ ਚੰਗਾ ਲੀਡਰ ਹੁੰਦਾ ਉਹਨੂੰ ਅੰਦਰੋਂ ਪਾਰਟੀ ਦੇ ਵਿੱਚ ਵੀ ਕਈ ਵਾਰੀ ਜਿਹੜਾ ਉਹਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ। ਸੋ ਇਹ ਸਿਆਸਤ ਦੇ ਵਿੱਚ ਬਹੁਤ ਕੁਛ ਚੱਲਦਾ ਹੈਗਾ, ਪਰ ਇਹਨਾਂ ਕੋਲ ਕੋਈ ਗੱਲ ਨਹੀਂ ਹੈ, ਕੋਈ ਮੁੱਦਾ ਨਹੀਂ ਹੈਗਾ। ਇਹ ਬੁਖਲਾਹਟ ਦੇ ਵਿੱਚ ਆ ਕੇ ਬੇਤੁਕੇ ਬਿਆਨ ਇਹੋ ਜਿਹਾ ਕਿਸੇ ਤੋਂ ਜੀ ਮਤੇ ਪਵਾ ਲਏ ਇਹ ਕਰਨ ਲੱਗੇ ਹੋਏ ਨੇ, ਸਾਨੂੰ ਇਸ ਗੱਲ ਦਾ ਕੋਈ ਪਰਵਾਹ ਨਹੀਂ। ਜਿਥੇ ਵੀ ਅਕਾਲੀ ਦਲ ਦੇ ਵਰਕਰ ਬੈਠੇ ਨੇ ਉਹਨਾਂ ਤੱਕ ਆਪਦਾ ਮੈਸੇਜ ਪਹੁੰਚਾਉਣਾ, ਤੇ ਮੈਂ ਇਹ ਗੱਲ ਸਮਝਦਾ ਵੀ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਉਹਦੇ ਨਾਲ 80% ਜੋ ਪੰਜਾਬ ਦੇ ਅਕਾਲੀ ਦਲ ਦੇ ਆਗੂ ਤੇ ਵਰਕਰ ਨੇ ਉਹ ਸਹਿਮਤ ਨੇ, ਇਹ ਵੀ ਮੈਂ ਦਾਅਵੇ ਨਾਲ ਕਹਿ ਸਕਦਾ। ਪਰ ਸਿਰਫ ਇੱਕ ਗੱਲ ਹੈ ਵੀ ਉਹਨਾਂ ਚ ਕਿਉਂਕਿ ਬੜੇ ਲੰਬੇ ਸਮੇਂ ਦਾ ਦਬਦਬਾ ਹੈ, ਇਹਦੇ ਕਰਕੇ ਉਹ ਜਿਹੜਾ ਥੋੜਾ ਜਿਹਾ ਕਿਸੇ ਨਾ ਕਿਸੇ ਕਾਰਨ ਕਰਕੇ ਦਬਾਅ ਕਰਕੇ ਹਿਚਕਚਾਉਂਦੇ ਹੈ ਵੀ ਇਹ ਫੈਸਲਾ ਜਿਹੜਾ ਲੈਣ ਤੋਂ। ਪਰ ਤੁਸੀਂ ਦੇਖਿਓ ਹੌਲੀ ਹੌਲੀ ਲੋਕ ਖੁੱਲ ਕੇ ਸਾਹਮਣੇ ਬਾਹਰ ਆਉਣਗੇ। ਇਹ ਲੋਕ ਅਕਾਲੀ ਦਲ ਤੇ ਵਰਕਰਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ, ਉਹਦੇ ਮੁਤਾਬਕ ਢੀਂਡਸਾ ਸਾਹਿਬ ਉਹਨਾਂ ਨੇ ਇਹ ਸਾਰੇ ਕਦਮ ਚੱਕੇ ਨੇ, ਤੇ ਜਲਦੀ ਜਿਹੜਾ ਹੈ ਅਸੀਂ ਇੱਕ ਜਿਹੜੇ ਵੀ ਹਮਖਿਆਲੀ ਨੇ ਕੋਈ ਵੀ ਹਮਖਿਆਲੀ ਨੇ ਜਿਹੜੇ ਕੋਈ ਚਾਹੇ ਅਕਾਲੀ ਦਲ ਪਹਿਲਾਂ ਛੱਡ ਕੇ ਮਜਬੂਰੀ ਚ ਜਿਹਨਾਂ ਨੂੰ ਧੱਕ ਦਿੱਤਾ ਗਿਆ ਪਾਰਟੀ ਤੋਂ ਬਾਹਰ ਉਹਨਾਂ ਨੂੰ ਵੀ ਇਕੱਠੇ ਕਰਾਂਗੇ, ਜਿਹੜੇ ਕੋਈ ਪਾਰਟੀ ਤੋਂ ਨਾਰਾਜ਼ ਨੇ ਉਹਨਾਂ ਨੂੰ ਵੀ ਇਕੱਠੇ ਕਰਾਂਗੇ, ਅਤੇ ਜਿਹੜੇ ਕੋਈ ਸਿਧਾਂਤਕ ਤੌਰ ਤੇ ਵੀ ਸਾਡੇ ਨਾਲ ਖੜਨਗੇ ਸਾਰਿਆਂ ਨੂੰ ਅਸੀਂ ਜਿਹੜਾ ਇਕੱਠੇ ਕਰਾਂਗੇ। ਕਿਸੇ ਚ ਮੈਂ ਸਮਝਦਾ ਕੋਈ ਇਹ ਦੌੜ ਨਹੀਂ ਹੈ ਵੀ ਲੀਡਰ ਕੌਣ ਹੈ, ਸਾਰੇ ਇਕੱਠੇ ਹੀ ਆ, ਇੱਕੋ ਬਰਾਬਰ ਨੇ ਸਾਰੇ, ਤੇ ਸਾਡਾ ਨਿਸ਼ਾਨਾ ਜਿਹੜਾ ਹੈ ਉਹ ਸਿਰਫ ਇੱਕੋ ਹੀ ਹੈ ਵੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਸਿਧਾਂਤਕ ਤੌਰ ਤੇ ਖੜਾ ਕਰਨਾ। ਬਹੁਤ ਬਹੁਤ ਸ਼ੁਕਰੀਆ ਢੀਂਡਸਾ ਸਾਹਿਬ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਔਰ ਸਾਡੇ ਦਰਸ਼ਕਾਂ ਨਾਲ ਔਰ ਵਿਦੇਸ਼ੀਆਂ ਦੇ ਨਾਲ ਜਿਹੜੀ ਆ ਉਹ ਇੱਕ ਚਰਚਾ ਕੀਤੀ ਹੈ, ਔਰ ਜ਼ਰੂਰ ਇੰਤਜ਼ਾਰ ਹੈ ਤੁਹਾਡਾ ਕਿ ਤੁਸੀਂ ਵਿਦੇਸ਼ ਦੇ ਵਿੱਚ ਆਓ ਔਰ ਇੱਥੇ ਦੇ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਵੀ ਕੁਛ ਸੰਵਾਰਨ ਅਤੇ ਸਵਰਨ ਦੀ ਗੱਲ ਕਰੋ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ।
थैंक यू जी, धन्यवाद यार साहब, मेहरबानी। वाहेगुरु जी का खालसा, वाहेगुरु जी की फतेह। दोस्तों, तुहाडे की प्रतिक्रम ने? अकाली दल कित्थे जाके खड़दा? अकाली दल का संकट किस पत्तन लगेगा? अकाली दल की डिक्टेटरशिप जां SGPC दा ओ कुबेर धन दा कुंडा जिहड़ा ओ इस वेले बोल रहा है, चापलूसां की टीम जिहड़ी है ओ अकाली दल नूं कित्थे तक होर थल्ले ले जा सकती है? अज की तरीक तक पिछलियां विधानसभा चोणां तों बाद अज उस तों भी ग्राफ इन्ना क थल्ले आ चुका कि बनेगा? की ने तुहाडे विचार? कॉल कर सकते हो 7187865222 दे उत्ते, और ईमेल मी riyad@justbroadcasting.com और info@justbroadcasting.com। मिलते एक छोटे जे ब्रेक तो बाद। दोस्तों, मुड़ हाजिर होए हैं थोड़ी खिदमत दे विच। प्रोग्राम अज दा मुद्दा लैके करांगे तुहाडे नाल विचारां। कॉल कर सकते हो 7187865222 दे उत्ते, निरपक्ष तौर दे उत्ते तुहाडे की विचार ने? हैलो, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਜੀ, ਆਪਣੇ ਪਰਵਿੰਦਰ ਸਿੰਘ ਨੂੰ ਵੀ, ਆਪਣੇ ਢੀਂਸਾ ਸਾਹਿਬ ਨੂੰ ਜੀ ਜੀ, ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਮੇਰਾ ਇੱਕ ਕੁਐਸਚਨ ਹੈ ਆਪਣੇ ਢੀਂਸਾ ਸਾਹਿਬ ਨੂੰ ਜੀ, ਤੇ ਜਿਹੜੀ ਕੈਪਟਨ ਕਮਲਜੀਤ ਦੀ ਮੌਤ ਹੋਈ ਆ, ਉਹ ਰੀਅਲ ਸੀ ਕਿ ਉਹ ਕਰਾਈ ਗਈ ਆ? ਦੇਖੋ ਜੀ, ਇਹ ਸਾਰਾ ਜੱਗ ਜਹਾਨ ਜਾਣਦਾ ਉਸ ਵੇਲੇ ਜਿੱਦਾਂ ਦੇ ਮਰਜ਼ੀ। ਤਾਂ ਮੈਂ ਸੁਣਨਾ ਚਾਹੁੰਦਾ ਪਈ ਇਹਨਾਂ ਦੇ। ਦੇਖੋ, ਇਹ ਟੈਕਨੀਕਲ ਗੱਲਾਂ ਜਿਹੜੀਆਂ ਨੇ ਭਾਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀਆਂ ਇਹ ਟੈਕਨੀਕਲ ਚੀਜ਼ਾਂ ਨੇ ਜਾਂ ਜਿਹੜੇ ਇਹੋ ਜਿਹੇ ਐਲੀਗੇਸ਼ਨ ਹੁੰਦੇ ਨੇ, ਇਹਨਾਂ ਚੀਜ਼ਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਦੇ ਵੀ ਨਾ ਤੇ ਅਸੀਂ ਲਾ ਸਕਦੇ ਹਾਂ, ਨਾ ਕੋਈ ਰਾਜਨੀਤਿਕ ਲੀਡਰ ਜਿਹੜਾ ਉਹ ਸ਼ਰੇ ਆਮ ਲਾ ਸਕਦਾ, ਜਦੋਂ ਤੱਕ ਕੋਈ ਜਦੋਂ ਤੱਕ ਕੋਈ ਸਬੂਤ ਨਾ ਆਉਣ। ਪਰ ਮਸਲਾ ਇਸ ਗੱਲ ਦਾ, ਵਕਤ ਆਉਣ ਦੇ ਉੱਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾਣਗੀਆਂ। ਪਰ ਤੁਹਾਡਾ ਕੀ ਵਿਚਾਰ ਹੈ ਕਿ ਏਡਾ ਵੱਡਾ ਅਕਾਲੀ ਦਲ ਦੇ ਵਿੱਚ ਕ੍ਰਾਈਸਿਸ ਆ ਗਿਆ? ਦੂਜੀ ਗੱਲ ਇਹ ਮੇਰੀ ਹੈਗੀ ਆ, ਜਿਹੜੇ ਕ੍ਰਾਈਸਿਸ ਆਇਆ, ਹਾਂ, ਹੁਣ ਤੁਹਾਨੂੰ ਪਤਾ ਵੀ ਜਿਹੜੀ ਕਾਂਗਰਸ ਸੀਗੀ ਨਾ ਜੀ, ਉਹ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਨੂੰ ਫਿਰਦੀ ਸੀਗੀ, ਆਪਣੇ ਜਿਹੜੀ ਸੋਨੀਆ ਗਾਂਧੀ ਹੋਣੀ। ਬਿਲਕੁਲ, ਉਹੋ ਹੀ ਕੰਮ ਇਹਨਾਂ ਦਾ ਆ ਵੀ ਇਹ ਜਿਹੜਾ ਬਾਦਲ ਆ ਇਹਨੂੰ ਬਣਾਉਣਾ ਚਾਹੁੰਦਾ ਮੁੱਖ ਮੰਤਰੀ, ਪਰ ਉਹ ਜਿਹੜੇ ਪੁਰਾਣੇ ਲੀਡਰ ਆ ਉਹ ਕੀ ਕਰਨ ਹੁਣ ਬੈਠੇ। ਪਰ ਸੋਨੀਆ ਗਾਂਧੀ ਨੇ ਤੇ 10 ਸਾਲ ਤਿਆਗ ਕਰ ਦਿੱਤਾ, ਜਦੋਂ ਮੈਜੋਰਿਟੀ ਸੀ ਉਸ ਵੇਲੇ ਵੀ ਉਹ ਰਾਹੁਲ ਗਾਂਧੀ ਨੂੰ ਬਣਾ ਸਕਦੀ ਸੀ, ਔਰ ਉਹਨੇ ਆਪਣੀ ਇੱਕ ਬਹੁਤ ਵੱਡੀ ਜਿਹੜੀ ਹੈ ਮੈਂ ਸਮਝਾ ਕੰਟਰੀਬਿਊਸ਼ਨ ਦੀ ਗੱਲ ਕੀਤੀ ਕਿ ਉਹਨੇ ਸਭ ਤੋਂ ਸਿਆਣੇ ਸੂਝਵਾਨ ਡਾਕਟਰ ਮਨਮੋਹਨ ਸਿੰਘ ਨੂੰ 2 ਵਾਰ ਪ੍ਰਾਈਮ ਮਿਨਿਸਟਰ ਬਣਾਇਆ। ਐਤਕੀ ਉਹਦਾ ਇਸੇ ਕਰਕੇ ਡਾਊਨ ਹੋਇਆ ਤੇ ਉਹਨੂੰ ਪ੍ਰਧਾਨ ਨੂੰ ਜੇ ਹਾਲੇ ਮਨਮੋਹਨ ਤੋਂ ਖੜ ਜਾਂਦਾ ਇਹ ਫੇਮ ਬਣ ਜਾਣੀ, ਪੈਰਾਂ ਤੇ ਖੜੀ ਹੋ ਜਾਣੀ ਕਾਂਗਰਸ। ਇਸ ਕਰਕੇ ਹੁਣ ਇਹ ਜਿਹੜਾ ਸੁਖਵੀਰ ਆ, ਇਹ ਕਿੰਨੇ ਇਹਨਾਂ ਪੁਰਾਣੇ ਉੱਥੇ ਲੀਡਰ ਕਰਦੇ ਉਹ ਬੈਠੇ ਆ ਕਾਂਗਰਸ ਆਪਣੇ ਅਕਾਲੀ ਦਲ, ਉਹੀ ਗੱਲ ਹੈ ਨਾ, ਖੁੱਡੇ ਲੈਣ ਲਾਏ ਹੋਏ ਨੇ, ਖੁੱਡੇ ਲੈਣ ਲਾਏ ਹੋਏ, ਖੁੱਡੇ ਲੈਣ ਲਾਏ ਆ, ਤੇ ਇਸ ਕਰਕੇ ਮਜੀਠੀਆ ਹੋਇਆ, ਇਹ ਹੋਇਆ। ਬਾਦਲ ਵਿਚਾਰਾ ਕੁਛ ਨਹੀਂ ਕਰ ਸਕਦਾ, ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਤੇ ਆਵਾਜ਼ਾਰੀ ਦੱਸ ਦਿੱਤੀ ਹੈ ਬਾਦਲ ਸਾਹਿਬ ਦੀ, ਫੇਰ ਆਵਾਜ਼ਾਰ ਹੋਏ ਪਏ ਨੇ ਬਾਦਲ ਸਾਹਿਬ। ਬਾਦਲ ਸਾਹਿਬ ਦੇ ਟਾਈਮ ਦੇ ਉੱਤੇ ਬੈਠਾ ਹੀ ਆ ਵਿਚਾਰਾ। ਹਾਂ ਬਿਲਕੁਲ ਬਿਲਕੁਲ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਚੈਨ ਖੇੜਾ ਬੋਲਦਾ ਜੀ। ਹਾਂਜੀ ਚੈਨ ਖੇੜਾ ਜੀ, ਕੀ ਹਾਲ ਚਾਲ ਹੈ? ਤੁਹਾਨੂੰ ਮਿਲੇ ਸੀ ਜੂਬਾ ਸਿਟੀ। ਧੰਨਵਾਦ ਬਹੁਤ ਬਹੁਤ, ਮੈਂ ਤਾਂ ਇਹ ਚਾਹੁੰਦਾ ਕਿ ਮੁਲਕ ਵਿੱਚ ਚੇਂਜ ਹੋਵੇ, ਕੋਈ ਸੁਧਾਰ ਹੋਵੇ, ਕਿਉਂਕਿ ਮਤਲਬ ਜੇ ਕਿਲੇ ਕਿਲੇ ਲੜਦੇ ਰਹੇ ਕਦੇ ਨੀ ਸਾਰੇ ਆਮ ਪਾਰਟੀ ਨੂੰ ਵੀ ਮੈਂ ਕਹਿੰਦਾ ਇਹ ਜਿਹੜਾ ਸੁੱਚਾ ਸਿੰਘ ਛੋਟੇ ਪਰ ਵੇਖਦਾ ਪਾ ਕੇ ਪਿਆ, ਖਹਿਰਾ ਵੀ ਪਾ ਕੇ ਪਿਆ, ਬੈਂਸ ਬਰਦਰ ਵੀ ਪਾ ਕੇ ਪਿਆ, ਇਹ ਸੀਟਾਂ ਥੋੜ੍ਹੇ ਥੋੜ੍ਹੇ ਕਿਲੇ 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 ਪਾਰਟੀ ਦੇ ਦੇਣਾ, ਖਰਾ ਖਰਾ ਖਰੇ ਹਨ, ਇਹ ਸਾਡੇ ਜਿਹੜੀ ਪਾਰਟੀ ਬੱਚੀ ਹੋਈ ਕਾਂਗਰਸੀਆਂ ਨੇ ਵੀ ਵੱਡੇ ਪੱਧਰ ਦੇ ਉੱਤੇ ਮੈਂ ਸਮਝਾਂਗਾ ਕਿ ਦਿਲ ਕੱਢ ਕੇ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜੀ ਹੈ ਉਹ ਅਪੀਲ ਕੀਤੀ ਹੈ ਵੀ ਭਾਈ ਜਿਹੜੀ ਵਿਅਦਵੀ ਦੇ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਸਜ਼ਾਵਾਂ ਦੇਣ ਦੀ ਗੱਲ ਕੀਤੀ, ਤੁਸੀਂ ਨਹੀਂ ਦਿੱਤੀਆਂ, ਤੁਸੀਂ ਨਹੀਂ ਫੜੇ, ਡਰੱਗ ਮਾਫੀਏ ਦੀ ਗੱਲ ਕੀਤੀ ਹੈ। ਮਤਲਬ ਕਾਂਗਰਸੀਆਂ ਨੇ ਬਕਾਇਦਾ ਤੌਰ 'ਤੇ ਇੱਕ ਜ਼ੁਰਤ ਕਰਕੇ ਆਪਣੇ ਚੀਫ ਮਿਨਿਸਟਰ ਨੂੰ ਅਪੀਲ ਕੀਤੀ ਹੈ ਵੀ ਕਿਉਂ ਨਹੀਂ ਕਰ ਰਹੇ ਤੁਸੀਂ,
ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਜੇਕਰ ਵਿਦੇਸ਼ੀ ਲੋਕ ਜਿਹੜੇ ਨੇ ਆਪਣੇ ਲੀਡਰਾਂ ਨੂੰ, ਮੈਂ ਸਮਝਾਂਗਾ ਕਿ ਸਰ ਸਰਬਜੀਤ ਸਿੰਘ ਮਾਨ ਨੇ ਲੋਸ ਏਂਜਲਸ ਤੋਂ ਉਹਨਾਂ ਨੇ ਬੜੀ ਵੱਡੀ ਅਪੀਲ ਜਾਰੀ ਕੀਤੀ ਹੈ, ਬੜੀ ਵੱਡੀ ਅਪੀਲ ਜਾਰੀ ਕੀਤੀ ਹੈ ਉਹਨਾਂ ਨੇ, ਮਤਲਬ ਜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਇਸੇ ਤਰ੍ਹਾਂ ਕਾਲ ਕਰ ਸਕਦੇ ਹੋ 7187867522, ਈਮੇਲ mirar@justbroadcasting.com ਔਰ info@justbroadcasting.com। ਪ੍ਰੋਗਰਾਮ ਨੂੰ ਰੱਖਾਂਗੇ ਜਾਰੀ, ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ, ਕਰੀਏ ਵਿਚਾਰਾਂ। ਹੈਲੋ, ਹੈਲੋ, ਹਾਂਜੀ ਹਾਂਜੀ ਸਰ, ਹਰਿਆਣ ਸਾਹਿਬ, ਮੈਂ ਭੁਪਿੰਦਰ ਸਿੰਘ ਖਾਲਸਾ ਬੋਲਦਾ ਜੀ। ਹਾਂਜੀ ਹਾਂਜੀ ਖਾਲਸਾ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੇ ਮੇਰੇ ਵੱਲੋਂ ਤੁਹਾਡੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਿਆਣ ਸਾਹਿਬ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਦੇ ਤੇ ਪੁਰਾਣੇ ਹਾਲਾਤ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਚਾਨਣਾ ਪਾਇਆ, ਔਰ ਪਰਮਿੰਦਰ ਸਿੰਘ ਢੀਂਡਸਾ ਨੇ ਜੋ ਅੱਜ ਦੇ ਹਾਲਾਤ ਆ ਉਹਦੇ ਤੇ ਬਹੁਤ ਬੇਬਾਕ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤੇ ਤੁਹਾਡੇ ਸਵਾਲਾਂ ਦੇ, ਬੜੀ ਸਾਫ਼ ਸੁਥਰੀ, ਬੜੀ ਸਾਫ਼ ਸੁਥਰੀ ਸ਼ੈਲੀ ਦੇ ਵਿੱਚ ਉਹਨਾਂ ਨੇ ਹਕੀਕਤਾਂ ਜਿਹੜੀਆਂ ਨੇ ਉਹ ਦੁਹਰਾਈਆਂ ਨੇ। ਔਰ ਮੈਂ ਢੀਂਡਸਾ ਸਾਹਿਬ ਦਾ ਵੀ ਉਦੋਂ ਸੁਣਿਆ ਸੀਗਾ, ਅੱਜ ਪਰਮਿੰਦਰ ਦਾ ਵੀ ਸੁਣਿਆ, ਔਰ ਮੈਂ ਇਹ ਗੱਲ ਨਿਰੰਸ ਦੇ ਕਹਿ ਸਕਦਾ ਕਿ ਕੋਈ ਆਸ ਦੀ ਕਿਰਨ ਜਾਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਦੀ, ਸਿਧਾਂਤਾਂ ਤੇ ਆਉਣ ਦੀ ਕੋਈ ਆਸ ਦੀ ਕਿਰਨ ਜਾਗੀ ਆ। ਔਰ ਮੈਂ ਅਪੀਲ ਕਰਦਾ ਆਪਣੇ ਸਾਥੀਆਂ ਨੂੰ, ਜਿਹੜੀ ਸਾਡੀ ਵਿਦੇਸ਼ੀ ਜਥੇਬੰਦੀ ਆ ਜਿਹਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਸ ਵੇਲੇ ਮੌਜੂਦਾ ਜਿਹੜੇ ਸਲਾਹਕਾਰ ਜਾਂ ਲੀਡਰ ਨੇ ਉਹ ਮੰਨਣ ਨੂੰ ਹੀ ਤਿਆਰ ਨਹੀਂ ਗਏ, ਉਹਨਾਂ ਨੂੰ ਲੋੜ ਹੀ ਨਹੀਂ ਉਸ ਜਥੇਬੰਦੀ ਦੀ। ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਵੀ ਮੇਰੇ ਸੱਜਣੋ, ਗੱਲ ਇਹ ਆ ਕਿ ਫੇਸਬੁੱਕ ਦੇ ਉੱਤੇ ਤੁਸੀਂ ਚਾਪਲੂਸੀਆਂ ਕਰ ਲਓ ਜਾਂ ਆਪਣੇ ਤੁਸੀਂ ਆਪਣੇ ਕਿਰਦਾਰ ਵੱਲ ਵੇਖੋ ਕਿ ਤੁਸੀਂ ਕੀ ਕਰਦੇ ਕੀ ਹੋ, ਲਿਖਦੇ ਕੀ ਹੋ, ਕੀ ਕਰ ਰਹੇ ਹੋ। ਇਹ ਜਿਹੜੇ ਲੀਡਰ ਬਾਹਰ ਹੋਏ ਆ ਜਾਂ ਜਿਹੜੀ ਇਹ ਕੋਸ਼ਿਸ਼ ਕਰ ਰਹੇ ਆ ਸਿਧਾਂਤਾਂ ਤੇ ਲਿਆਉਣ ਦੀ ਅਕਾਲੀ ਦਲ ਨੂੰ, ਜਿਵੇਂ ਜਿੰਨਾ ਚਿਰ ਇਹਨਾਂ ਦੀਆਂ ਕੁਰਬਾਨੀਆਂ ਨੂੰ ਸਿਆਸਤ ਦੇ ਵਿੱਚ ਜਿੰਨਾ ਚਿਰ ਇਹਨਾਂ ਨੂੰ ਹੋ ਗਿਆ, ਜਿਵੇਂ ਜਿਵੇਂ ਸਾਲ ਹੋ ਗਏ ਆ, ਉਨੀ ਦੇ ਗਰੀਬੀ ਤੋਂ ਸਾਡੀ ਉਮਰ ਹੀ ਨਹੀਂ ਗੀ। ਆਪਾਂ ਬੀਰਾਂ ਦੇ ਗਲਾਸ ਹੱਥਾਂ 'ਚ ਫੜ ਕੇ ਔਰ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾ ਕੇ ਤੇ ਆਪਣੇ ਆਪ ਨੂੰ ਅਕਾਲੀ ਲੀਡਰ ਕਹਿੰਦੇ ਆ ਔਰ ਪੁੱਠੇ ਸਿੱਧੇ ਨਾਂ ਰੱਖ ਕੇ, ਮੈਨੂੰ ਹੈਰਾਨਗੀ ਆ ਕਿ ਇਹ ਖਾਲਸੇ ਹੀ ਨਵੇਂ ਆ ਗਏ ਨੇ। ਕੋਈ ਕਹਿੰਦਾ ਨੋਲੀ ਖਾਲਸਾ, ਕੋਈ ਕਹਿੰਦਾ ਟੋਲੀ ਖਾਲਸਾ, ਕੋਈ ਕਹਿੰਦਾ ਪਿੱਪੂ ਖਾਲਸਾ, ਕੋਈ ਅੰਗਰੇਜ਼ਾਂ ਵਰਗੀ ਭਾਅ ਮਾਰਦੇ ਨੇ, ਪਤਾ ਨਹੀਂ ਕਿਹੜੇ ਨਵੇਂ ਨਵੇਂ ਨਾਂ ਨੇ, ਨਵੀਆਂ ਨਵੀਆਂ ਗੱਲਾਂ ਨੇ, ਨਵੀਆਂ ਨਵੀਆਂ ਬਾਤਾਂ, ਔਰ ਲੈਂਗੁਏਜ ਜਿਹੜੀ ਲਿਖਦੇ ਆ ਨਾ ਇੰਨੀ ਵੱਟ ਖਾਂਦੇ ਹੁੰਦੇ ਸੀ, ਖਰੇ ਅਸੀਂ ਅਕਾਲੀ ਵਿਰੋਧੀ ਹੈ। ਅਸੀਂ ਮੈਨੂੰ ਵੀ 30-35 ਸਾਲ ਤੇ ਮੈਨੂੰ ਵੀ 37 ਸਾਲ ਹੋ ਗਏ ਵਿੱਚ ਧੱਕੇ ਖਾਂਦੇ ਨੂੰ ਜੀ, ਮੈਂ ਇਹੋ ਜਿਹੀਆਂ ਗੱਲਾਂ ਕਦੇ ਨਹੀਂ ਸੀ ਵੇਖੀਆਂ ਜਿਹੜੇ ਇਹ ਮੁੰਡੇ ਕੋਈ ਕੁਛ ਬੋਲੀ ਜਾਂਦਾ ਕੋਈ ਕੁਛ ਬੋਲੀ ਜਾਂਦਾ, ਉਹ ਢੀਂਡਸਾ ਕਦੀ ਜਿੱਤਿਆ ਨੀ, ਕਦੀ ਕਹਿੰਦਾ ਉਹਦਾ ਮੁੰਡਾ ਇੰਜ ਹੋ ਗਿਆ, ਕਮਲਿਓ ਤੁਸੀਂ ਸੁੱਖ ਦਾ ਸਾਲ ਹੋ ਗਏ, ਇੱਥੇ ਤੇ ਸਾਨੂੰ ਬੋਲਣ ਦਾ ਹੁਕਮ ਨੀ ਗਾ। ਰਾਈਟ ਰਾਈਟ, ਦੱਸ ਦੋ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ। ਖਾਲਸਾ ਜੀ, ਖਾਲਸਾ ਜੀ, ਥੈਂਕ ਯੂ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵੈਸੇ ਢੀਂਡਸਾ ਸਾਹਿਬ ਹੋਣਾ ਨੇ ਕਦਮ ਬੜਾ ਵਧੀਆ ਚੁੱਕਿਆ ਜੀ, ਅਸੀਂ ਸਾਰੇ ਪੰਜਾਬੀ ਵਿਦਨ ਅਕਾਲੀ ਦਲ ਦੇ ਅਲਟਰਨੇਟ ਲੱਭਦੇ ਸੀਗੇ, ਪਰ ਇਹਨਾਂ ਨੂੰ ਪੈਰ ਫੂਕ ਮਾਰ ਮਾਰ ਕੇ ਰੱਖਣੇ ਪੈਣੇ ਆ, ਕਿਉਂਕਿ ਪਹਿਲਾਂ ਵੀ ਮਨਪ੍ਰੀਤ ਦਾ ਵੀ ਐਕਸਪੈਰੀਮੈਂਟ, ਦੂਸਰੇ ਵੀ ਐਕਸਪੈਰੀਮੈਂਟ ਤੋਂ ਜੋ ਖਰਾਬ ਹੋਏ ਆ ਉਹ ਦੁਬਾਰਾ ਰੀਪੀਟ ਨਾ ਹੋ ਜਾਣ, ਮੈਨੂੰ ਤਾਂ ਇਹ ਗੱਲ ਦਾ ਖਦਸ਼ਾ ਹੀ ਪੈ। ਮੈਨੂੰ ਲੱਗਦਾ ਨਹੀਂ ਜੀ, ਮੈਨੂੰ ਲੱਗਦਾ ਨਹੀਂ ਹੈ। ਹੁਣ ਮਸਲਾ ਇਸ ਗੱਲ ਦਾ ਨਾ ਜੀ, ਜਿਹੜਾ ਬੇਅਦਬੀ ਵਾਲਾ ਬੁਖਾਰ ਹੈ ਨਾ ਉਹ ਕਦੇ ਵੀ ਲੋਕਾਂ ਦੀ ਮਾਨਸਿਕਤਾ ਤੋਂ ਉੱਤਰ ਨਹੀਂ ਸਕਦਾ, ਔਰ ਜਿਵੇਂ ਜਿਵੇਂ ਬਾਦਲ ਜਿਹੜੇ ਨੇ ਉਹ ਲੇਟ ਹੋਏ, ਜਿਵੇਂ ਜਿਵੇਂ ਬਾਦਲ ਜਿਹੜੇ ਨੇ ਜਿਨ੍ਹਾਂ ਨੇ ਰਿਐਕਟ ਕੀਤਾ,
ਔਰ ਉਹ ਮਤਲਬ ਇਹਨਾਂ ਦੇ ਮੱਥੇ ਦੇ ਉੱਤੇ ਨਾ ਜਿਵੇਂ ਜੇਬ ਕਤਰੀ ਵਾਂਗੂ ਲਿਖਿਆ ਜਾਂਦਾ, ਅੱਜ ਮੈਂ ਸਮਝਾਂਗਾ ਇਹਨਾਂ ਦੇ ਅਤੇ ਇਹਨਾਂ ਦੇ ਚਾਪਲੂਸਾਂ ਦੇ ਸਿਰ ਦੇ ਉੱਤੇ ਉਹ ਮੱਥੇ 'ਤੇ ਲਿਖਿਆ ਗਿਆ। ਔਰ ਪੰਜਾਬ ਦੇ ਲੋਕ ਜਿਹੜੇ ਨੇ ਨਾ ਜੀ ਬੜੇ ਸਿਆਣੇ ਨੇ, ਉਹਨਾਂ ਨੂੰ ਹੁਣ ਅੱਗੇ ਉਸ ਵੇਲੇ ਬਦਲ ਦਾ ਪਤਾ ਨਹੀਂ ਸੀ, ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਬਦਲ ਦਾ ਵੀ ਪਤਾ ਲੱਗ ਗਿਆ, ਲੋਕ ਕਿੰਨੇ ਰਾਜਨੀਤਿਕ ਚਿਹਰੇ ਮੋਹਰੇ ਜਿਹੜੇ ਨੇ ਉਹ ਬਕਾਇਦਾ ਤੌਰ 'ਤੇ ਅੱਗੇ ਆ ਚੁੱਕੇ ਨੇ। ਅਤੇ ਮੈਂ ਸਮਝਦਾ ਗਿਲ ਸਾਹਿਬ ਵੀ ਇਹ ਪ੍ਰੈਕਟੀਕਲ ਜਿਹੜਾ ਇਹਨਾਂ ਦਾ ਐਸ ਜੀ ਪੀ ਸੀ ਦੀਆਂ ਚੋਣਾਂ ਤੋਂ ਸ਼ੁਰੂ ਕਰ ਰਹੇ ਨੇ ਔਰ ਇਹ ਸਾਰਥਕ ਸਾਬਤ ਹੋਏਗਾ, ਕੋਈ ਐਸੀ ਗੱਲ ਨਹੀਂ ਹੈ। ਹਾਂਜੀ ਵੀਰ, ਆਪਾਂ ਤੇ ਦੁਆ ਕਰਾਂਗੇ, ਬਿਲਕੁਲ ਤੁਹਾਡੇ ਨਾਲ ਪੂਰਾ ਹੀ ਸਹਿਮਤ ਹੈ ਇਸ ਗੱਲ ਦੇ ਉੱਪਰ। ਰਾਈਟ, ਕਿ ਵੀ ਇਹਨਾਂ ਦਾ ਜਿਹੜਾ ਜੋ ਸਾਹਿਬ ਨੇ ਹੌਲੀ ਹੌਲੀ ਸਟੈਪ ਚੱਕਿਆ ਢੀਂਡਸਾ ਸਾਹਿਬ ਨੇ ਜੀ ਲੈ ਕੇ, ਕਿਉਂਕਿ ਸਾਡੇ ਏਰੀਏ ਵਿੱਚੋਂ ਹੀ ਨਿਸਾਬ ਬਹੁਤ ਆਪਣੇ ਖੜਦੇ ਰਹੇ ਆ, ਬੜੇ ਸਾਡੇ ਇਹਨਾਂ ਨਾਲ ਸੰਬੰਧ ਰਹੇ ਸਾਡੇ ਬਜ਼ੁਰਗਾਂ ਦੇ ਜੀ। ਅਸੀਂ ਵੀ ਏਦਾਂ ਦਾ ਅਲਟਰਨੇਟ ਲੱਭਦੇ ਸੀ ਵੀ ਸਾਨੂੰ ਕੋਈ ਅਲਟਰਨੇਟ ਵਿਦਨ ਅਕਾਲੀ ਦਲ ਮਿਲੇ, ਕਿਉਂਕਿ ਜਿਹੜਾ ਸਾਨੂੰ ਅਸੀਂ ਬਾਹਰ ਅਲਟਰਨੇਟ ਲੱਭੇ, ਦੇਖੋ ਆਪਾਂ ਤੁਹਾਨੂੰ ਪਤਾ ਹੀ ਅਸੀਂ ਮਨਪ੍ਰੀਤ ਬਾਦਲ ਨਾਲ ਵੀ ਪੂਰੇ ਸਭ, ਫਿਰ ਆਮ ਆਦਮੀ ਪਾਰਟੀ ਨਾਲ ਵੀ ਲੱਗੇ ਸਭ ਕੁਛ। ਜੀ 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 ਜੀ, ਦੇਖੋ ਪੰਜਾਬ ਦੇਸ਼ੀ ਪੰਜਾਬੀ ਦੁਖੀ ਪੰਜਾਬ ਦੀ ਖੈਰ ਮੰਗਦਾ। ਸਰਦਾਰ ਸਾਹਿਬ ਮੈਂ ਹੁਣ ਕਾਲ ਨੂੰ ਅੱਗੇ ਨਹੀਂ ਲਿਜਾ ਸਕਦਾ ਕਿਉਂਕਿ ਵਕਤ ਹੋ ਗਿਆ ਅਗਲੇ ਪ੍ਰੋਗਰਾਮ ਦਾ, ਔਰ ਦੂਜੇ ਜਿਹੜੇ ਕਾਲਰ ਸਾਨੂੰ ਕਾਲ ਵੀ ਕਰ ਰਹੇ, ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਉਹ ਹੁਣ ਕਾਲ ਨਾ ਕਰਨ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਵਿਚਾਰ ਤੁਹਾਡੇ ਅੱਛੇ ਨੇ, ਫਿਰ ਅਗਲੇ ਦਿਨ ਦੇ ਵਿੱਚ ਫਿਰ ਕਰਾਂਗੇ ਆਪਾਂ ਵਿਚਾਰ ਰਲ ਕੇ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਥੇ ਇਜਾਜ਼ਤ ਦੇਣੀ ਪਏਗੀ, ਔਰ ਮੈਂ ਗੁਜ਼ਾਰਿਸ਼ ਕਰਾਂਗਾ ਤੁਹਾਡਾ ਕੋਈ ਵੀ ਵਿਚਾਰ ਹੈ, ਤੁਸੀਂ ਕੋਈ ਮੈਸੇਜ ਜਿਹੜਾ ਉਹ ਉਹਨਾਂ ਤੱਕ ਵੀ ਪਹੁੰਚਾਉਣਾ, ਜਸਟ ਈਮੇਲ ਮੀ riyad@justbroadcasting.com ਔਰ info@justbroadcasting.com। ਇਜਾਜ਼ਤ ਦਿਓ, ਰੱਬ ਰਾਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।